ਇਹ 'ਚ ਦਲੇਰੀ ਬਹੁਤ ਹੁੰਦੀ ਆ। ਇਹਨੇ ਭਾਵੇਂ ਆਪ ਮਰਨੀ ਮਰ ਜਾਣਾ ਇਹਨੇ, ਜੇ ਇਹਨੂੰ ਕਿਸੇ ਨਾਲ ਮਤਲਬ ਪੰਗਾ ਲੈਣਾ ਪੈ ਜਾਵੇ ਨਾ ਆਪਦੀ ਰਾਖੀ ਕਰਨ ਵਾਸਤੇ, ਆਪਦੇ ਮਾਲਕ ਦੀ ਰਾਖੀ ਕਰਨ ਵਾਸਤੇ, ਇਹ ਚੀਤਿਆਂ ਨਾਲ ਜਾਂ ਹੋਰ ਤੇਂਦੂ ਤੂੰਦੂ ਨਾਲ ਟੱਕਰ ਲੈ ਕੇ ਖੜ ਜਾਂਦੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਹੀ ਵੀਰਾਂ ਨੂੰ। ਦੋਸਤੋ, ਅੱਜ ਆਪਾਂ ਖੜਿਆਂਗੇ ਵੱਖਰਵਾਲ ਡੌਗ ਕੈਨਲ ਦੇ ਵਿੱਚ, ਬਾਈ ਪਰਮਿੰਦਰ ਦੇ ਫਾਰਮ ਦੇ ਵਿੱਚ। ਪਿੰਡ ਦੀ ਗੱਲ ਕਰੀਏ, ਰਾਜਗੜ੍ਹ ਸੌਂਦੇਵਾਲ, ਸਮਾਣਾ ਤਹਿਸੀਲ, ਜ਼ਿਲ੍ਹਾ ਪਟਿਆਲਾ। ਦੋਸਤੋ, ਤੁਸੀਂ ਪਿਛਲੀ ਵੀਡੀਓ ਜਿਹੜੀ ਉਹ ਆਪਾਂ ਅਪਲੋਡ ਕੀਤੀ ਹੈ, ਦੇਖੀ ਹੈ, ਉਹਦੇ ਬਾਬਤ ਆਪਾਂ ਗੱਲਬਾਤ ਕਰੀ। ਆਪਾਂ ਜ਼ਿਆਦਾ ਜਾਣਕਾਰੀ ਹੈ ਜਿਹੜੀ ਗੱਦੀ ਡੌਗ ਦੇ ਬਾਰੇ ਕੀਤੀ ਸੀ, ਹੁਣ ਆਪਾਂ ਵੱਖਰਵਾਲ ਵਾਸਤੇ ਜਾਣਕਾਰੀ ਹੈ ਜਿਹੜੀ ਉਹ ਤੁਹਾਨੂੰ ਦੇਣ ਜਾ ਰਹੇ ਹਾਂ। ਅਤੇ ਬਣੇ ਰਹਿਣਾ ਤੁਸੀਂ ਵੀਡੀਓ ਦੇ ਵਿੱਚ, ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ, ਕਿਉਂਕਿ ਬਹੁਤ ਸਾਰੀ ਨੌਲੇਜ ਹੈ ਜਿਹੜੀ ਉਹ ਬਾਈ ਨੂੰ ਹੈ। ਅਤੇ ਇਹ ਆਪਣੇ ਇੰਡੀਅਨ ਡੌਗ ਨੇ ਜਿਹੜੇ ਇਹਨਾਂ 'ਤੇ ਹੀ ਕੰਮ ਕਰਦੇ ਹਨ। ਹੁਣ ਆਪਾਂ ਬਾਈ ਦੇ ਨਾਲ ਗੱਲਬਾਤ ਕਰਦੇ ਹਾਂ। ਲਓ ਭਰਾ, ਉਹ ਵੀਰ ਦੇ ਨਾਲ ਹੁਣ ਹੀ ਗੱਲਬਾਤ ਕਰ ਦਿਆਂਗੇ ਸਾਰੀ। ਆਪਣੇ ਕੋਲ ਹੁਣ ਬਾਈ ਦੇ ਡੌਗ ਵੀ ਨੇ, ਜਿਨ੍ਹਾਂ ਨੂੰ ਕਿ ਆਪਾਂ ਵੱਖਰਵਾਲ ਡੌਗ ਬੋਲ ਦਿਆਂਗੇ। ਅਤੇ ਕਰਦਿਆਂ ਬਾਈ ਦੇ ਨਾਲ ਗੱਲਬਾਤ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਨੇ? ਹਾਂਜੀ ਬਾਈ ਜੀ, ਇਹਦੇ ਬਾਬਤ ਜਾਣਕਾਰੀ ਦਿਓ ਆਪਾਂ ਨੂੰ, ਵੱਖਰਵਾਲ ਡੌਗ ਦੇ ਬਾਬਤ ਵੀ। ਇਹ ਬਰੀਡ ਹੈ ਜਿਹੜੀ, ਇਹ ਕਿੱਥੋਂ ਦੀ ਹੈਗੀ? ਬਾਈ, ਇਹ ਜਿਵੇਂ ਤੁਹਾਨੂੰ ਮੈਂ ਪਹਿਲਾਂ ਗੱਦੀ ਡੌਗ ਦਿਖਾਏ ਨੇ ਅਤੇ ਉਹਨਾਂ ਬਾਰੇ ਕੁਛ ਦੱਸਿਆ, ਜਿੰਨੀ ਕੁ ਇਨਫੋਰਮੇਸ਼ਨ ਸੀ ਕੋਸ਼ਿਸ਼ ਕੀਤੀ ਦੱਸਣ ਦੀ। ਠੀਕ ਹੈ। ਉੱਦਾਂ ਹੀ ਜੀ, ਇਹ ਵੱਖਰਵਾਲ ਡੌਗ ਨੇ ਜਿਹੜੇ, ਇਹਦੇ ਬਾਰੇ ਲੋਕਾਂ ਦਾ ਬਹੁਤ ਮਤਲਬ ਕੰਪਲੀਕੇਟਡ ਸਵਾਲ ਜੇ ਆਉਂਦੇ ਨੇ ਵੀ ਇਹ ਕੀ ਚੀਜ਼ ਆ, ਕੀ ਇਹਨਾਂ ਦੇ ਵਿੱਚ ਹੁੰਦਾ, ਡਿਫਰੈਂਸ ਕੀ ਹੁੰਦਾ ਗੱਦੀਆਂ ਤੋਂ, ਅਤੇ ਕੀ ਕਿੱਥੋਂ ਦੀ ਬਰੀਡ ਹੈ ਇਹ। ਮੈਂ ਤੁਹਾਨੂੰ ਦੱਸਣਾ ਚਾਹੂੰਗਾ ਬਈ, ਇਹਨਾਂ ਦਾ ਬੇਸ ਹੈਗਾ ਵਾ ਕਸ਼ਮੀਰ। ਐਕਚੁਅਲੀ ਗੱਦੀ ਅਤੇ ਇਹ, ਇਹਨਾਂ ਦੇ ਵਿੱਚ ਸਿਮਿਲਰਿਟੀਆਂ ਇਹ ਨੇ ਵੀ ਇਹ ਦੋਨੇ ਹੀ ਪਹਾੜੀ ਡੌਗ ਨੇ ਅਤੇ ਗਾਰਡ ਡੌਗ ਨੇ, ਬਟ ਜਿਹੜੇ ਵੱਖਰਵਾਲ ਡੌਗ ਹੁੰਦੇ ਨੇ ਇਹ ਹੁੰਦੇ ਕਸ਼ਮੀਰ ਦੀ ਬਰੀਡ। ਠੀਕ। ਕਸ਼ਮੀਰੀ, ਇਹਨੂੰ ਕਸ਼ਮੀਰੀ ਮਸਤੀਫ ਵੀ ਕਹਿ ਦਿੰਦੇ ਨੇ। ਇਹ ਆਪਣੇ ਇੰਡੀਆ ਦੇ ਵਿੱਚ ਬਹੁਤ ਘੱਟ ਆ, ਪਾਕਿਸਤਾਨੀ ਬੰਦੇ ਜ਼ਿਆਦਾ ਪਸੰਦ ਕਰਦੇ ਨੇ। ਇਹ ਨਾ ਥੋੜ੍ਹੀ ਜਿਹੀ ਜ਼ਹਿਰੀਲੀ ਬਿਰਤੀ ਦੇ ਹੁੰਦੇ ਆ ਡੌਗ, ਮਤਲਬ ਨਾ ਅਟੈਕ ਟੂਕ ਮਾਰਨ ਨੂੰ ਮਿੰਟ ਹੀ ਮਾਰਦੇ ਨੇ, ਅਗਰੈਸਿਵ ਟਾਈਪ ਦੇ ਨੇ। ਤੁਸੀਂ ਦੇਖ ਸਕਦੇ ਹੋ ਫਰੈਂਡਲੀ ਵੀ ਨੇ, ਪਰ ਇਹ ਮਤਲਬ ਗਾਰਡ ਲਈ ਬਹੁਤ ਜ਼ਿਆਦਾ ਐਕਟਿਵ, ਫੁਰਤੀਲੇਪਣ ਅਤੇ ਤਿੱਖੇ ਜਿਹੇ ਹੁੰਦੇ ਨੇ, ਸ਼ਾਰਪਨੈਸ 'ਚ ਜ਼ਿਆਦਾ ਹੁੰਦੇ ਨੇ ਡੌਗ। ਜੇ ਆਪਾਂ ਗੱਲਬਾਤ ਕਰੀਏ ਵੀ ਆਪਾਂ ਘਰ ਦੇ ਵਿੱਚ ਰੱਖਣ, ਇਹਨੂੰ ਕਿਸ ਵੇਸ 'ਤੇ ਰੱਖ ਸਕਦੇ ਹਾਂਗੇ? ਬਾਕੀ ਤਾਂ ਬਈ ਘਰਦਿਆਂ ਲਈ ਤਾਂ ਫੁੱਲ ਫਰੈਂਡਲੀ ਨੇ, ਬੜੇ ਸਾਊ ਨੇ, ਜਿਵੇਂ ਮਰਜ਼ੀ ਰੱਖੋ ਇਹਨਾਂ ਨੂੰ, ਅਤੇ ਕੁਛ ਵੀ ਨਹੀਂ ਕਹਿੰਦੇ। ਸਾਡਾ ਤੁਹਾਨੂੰ ਮੈਂ ਪਹਿਲਾਂ ਦੂਜੀ ਵੀਡੀਓ 'ਚ ਦਿਖਾ ਕੇ ਹਟਿਆ, ਬੇਟਾ ਵਾ ਉਹ ਸਾਰਿਆਂ ਨਾਲ ਹੀ ਖੇਡਦਾ ਰਹਿੰਦਾ ਵਾ, ਕੋਈ ਇੱਦਾਂ ਦੀ ਸਮੱਸਿਆ ਨਹੀਂ ਕ੍ਰੀਏਟ ਹੁੰਦੀ ਹੈਗੀ। ਪਰ ਇਹਨਾਂ ਦਾ ਇਹ ਆ ਵੀ ਇਹਨਾਂ ਦਾ ਜਿਹੜਾ ਮੇਨ ਕੰਮ ਬਈ ਇਹ ਗਾਰਡ ਡੌਗ ਵਾਸਤੇ ਹੁੰਦੇ ਨੇ। ਜਿਵੇਂ ਹੁਣ ਲਾ ਲਓ ਸਾਹਿਬ ਤੁਸੀਂ ਵੀ ਜਿਹੜੇ ਪਹਾੜੀ ਲੋਕ ਨੇ, ਇਹਨਾਂ ਨੂੰ ਭੇਡਾਂ ਬੱਕਰੀਆਂ ਦੇ ਨਾਲ ਰੱਖਦੇ ਸੀਗੇ ਜ਼ਿਆਦਾ ਉਹ। ਠੀਕ ਹੈ। ਅਤੇ ਉਹ ਇਹ ਡੌਗ ਉਹ ਮੰਨਦੇ ਨੇ, ਖੁਦ ਬੰਦੇ ਕਹਿੰਦੇ ਨੇ, ਇੱਕ ਤਾਂ ਇਹਦੀ ਸਭ ਤੋਂ ਵੱਡੀ ਇਹਦੇ 'ਚ ਕਪੈਸਿਟੀ ਇਹ ਹੁੰਦੀ ਆ ਵੀ ਇਹ ਕੁੱਤਾ ਜੇ 12 ਘੰਟੇ ਨੂੰ ਭੌਂਕਣਾ ਪੈ ਜਾਵੇ ਤਾਂ 12 ਘੰਟੇ ਭੌਂਕ ਲੈਂਦਾ। ਅੱਛਾ। ਦੂਜੀ ਗੱਲ, ਇਹ 'ਚ ਦਲੇਰੀ ਬਹੁਤ ਹੁੰਦੀ ਆ। ਇਹਨੇ ਭਾਵੇਂ ਆਪ ਮਰਨੀ ਮਰ ਜਾਣਾ ਇਹਨੇ, ਜੇ ਇਹਨੂੰ ਕਿਸੇ ਨਾਲ ਮਤਲਬ ਪੰਗਾ ਲੈਣਾ ਪੈ ਜਾਵੇ ਨਾ ਆਪਦੀ ਰਾਖੀ ਕਰਨ ਵਾਸਤੇ, ਆਪਦੇ ਮਾਲਕ ਦੀ ਰਾਖੀ ਕਰਨ ਵਾਸਤੇ, ਇਹ ਚੀਤਿਆਂ ਨਾਲ ਜਾਂ ਹੋਰ ਤੇਂਦੂ ਤੂੰਦੂ ਨਾਲ ਟੱਕਰ ਲੈ ਕੇ ਖੜ ਜਾਂਦੇ ਨੇ। ਅੱਛਾ। ਉਹ ਤਾਂ ਹੁਣ ਕਾਮਨ ਜੀ ਗੱਲ ਹੈ ਜੀ, ਸ਼ੇਰ ਤਾਂ ਸ਼ੇਰ ਹੀ ਆ, ਕੁੱਤਾ ਕੁੱਤਾ ਹੀ ਆ, ਫਿਰ ਜਾਨ ਦੀ ਪਰਵਾਹ ਨਹੀਂ ਕਰਦੇ, ਜਾਨ ਦੀ ਪਰਵਾਹ ਨਹੀਂ ਕਰਨੀ ਇਹਨੇ, ਬੇਫਿਕਰ ਹੋ ਕੇ। ਮੈਂ ਤਾਂ ਕਾਫੀ ਬੰਦੇ ਹਿਮਾਚਲ ਦੇ ਸੀ ਗੱਲ, ਉਹਨਾਂ ਨੇ ਮੈਨੂੰ ਖੁਦ ਆਪ ਦੱਸਿਆ ਸੀ, ਕਹਿੰਦੇ ਵੀ ਅਸੀਂ ਬਹੁਤ ਰੱਖ ਕੇ ਦੇਖ ਲਏ ਨੇ, ਕੋਈ ਨਹੀਂ ਕਾਮਯਾਬ ਹੋਇਆ ਵੀ ਇਹਨਾਂ ਦੀ। ਇਹ ਇੱਕ ਤਾਂ ਇਹਨਾਂ 'ਚ ਇੰਟੈਲੀਜੈਂਸੀ ਆ, ਇਹ ਵੀ ਨਹੀਂ ਹੈਗਾ ਵੀ ਬਿਨਾਂ ਗੱਲ ਤੋਂ ਸਿੱਧਾ ਜਾ ਕੇ ਮੱਥਾ ਲਾ ਕੇ ਖੜ ਜਾਣਾ। ਇਹਨਾਂ ਨੇ ਭੌਂਕਣੋਂ ਵੀ ਨਹੀਂ ਹਟਣਾ ਅਤੇ ਆਪਦਾ ਆਪ ਵੀ ਬਚਾਓ ਰੱਖਣਾ, ਜੇ ਲੋੜ ਪੈ ਗਈ ਤਾਂ ਇਹਨਾਂ ਨੇ ਪੰਗਾ ਲੈ ਵੀ ਲੈਣਾ ਵਾ, ਪਿੱਛਾ ਨਹੀਂ ਹਟਣਾ ਹੈਗਾ, ਆਪਦਾ ਸਰੀਰ ਬਣਾ ਲੈਣਾ, ਆਪਦੇ ਨੁਕਸਾਨ ਕਰਾ ਲੈਣਾ। ਕੋਮਨ ਜੀ ਗੱਲ ਜੀ, ਸ਼ੇਰ ਤਾਂ ਸ਼ੇਰ ਹੀ ਹੁੰਦਾ, ਕੁੱਤੇ ਨੂੰ ਕਿੱਥੇ ਛੱਡਣ ਲੱਗਿਆ। ਪਰ ਇੰਨੀ ਹੀ ਬੜੀ ਵੱਡੀ ਗੱਲ ਹੁੰਦੀ ਹੈ ਵੀ ਜਿਹੜਾ ਇੰਨੀ ਕੁ ਹਿੰਮਤ ਕਰ ਲਵੇ ਕੁੱਤਾ ਵੀ ਸ਼ੇਰ ਨਾਲ ਟੱਕਰ ਲੈਣ ਦੀ। ਹੁਣ ਤੁਸੀਂ ਆਹ ਦੇਖ ਸਕਦੇ ਹੋ, ਆਹ ਕੁੱਤਾ ਆਪਣਾ ਸਭ ਤੋਂ ਪੁਰਾਣਾ ਕੁੱਤਾ, 9 ਸਾਲ ਦਾ ਹੋ ਚੁੱਕਿਆ, ਪਰ ਇਹਦੇ 'ਚ ਅੱਜ ਵੀ ਸਭ ਤੋਂ ਵੱਧ ਤਾੜਾ, ਮੈਨੂੰ ਸਭ ਤੋਂ ਵੱਧ ਡਰ ਇਹਦੇ ਤੋਂ ਹੀ ਲੱਗਦਾ ਵਾ, ਕਿਉਂਕਿ ਇਹ ਮੂੜੀ ਨੇ ਕੁੱਤੇ, ਬਹੁਤ ਪਿਆਰ ਨਾਲ ਚੱਲਣ ਵਾਲੇ ਕੁੱਤੇ ਨੇ, ਇਹਨਾਂ ਨੂੰ ਪਿਆਰ ਨਾਲ ਰੱਖੋ ਤਾਂ ਵਧੀਆ ਰਹਿੰਦੇ ਨੇ, ਜੇ ਇਹਨਾਂ ਨੂੰ ਥੋੜ੍ਹਾ ਜਿਹਾ ਆਪਾਂ ਧੱਕਾ ਕਰਦੇ ਹਾਂ ਤਾਂ ਇਹ ਗਰਮ ਵੀ ਬਹੁਤ ਛੇਤੀ ਹੋ ਜਾਂਦੇ ਨੇ। ਅੱਛਾ ਅੱਛਾ। ਅਤੇ ਆਪਾਂ ਗੱਲਬਾਤ ਇਹਦੇ ਬਾਬਤ ਕਰੀਏ ਬਾਈ, ਆਪਣੇ ਜਿਹੜੇ ਪੰਜਾਬੀ ਲੋਕ ਨੇ ਜਾਂ ਆਪਣੇ ਇੰਡੀਅਨ ਲੋਕ ਨੇ, ਇਹ 'ਤੇ ਕਿੰਨਾ ਕੰਮ ਕਰ ਰਿਹਾ ਜਾਂ ਨਹੀਂ ਕਰ ਰਹੇ ਫਿਰ? ਨਹੀਂ ਜੀ, ਇਹਦਾ ਤਾਂ ਵੈਸੇ ਇੱਕ ਹਿਸਾਬ ਦਾ ਨਾਮ ਖਤਮ ਹੀ ਹੈ ਇਹਨਾਂ ਦਾ ਤਾਂ, ਇਹ ਕੁਛ ਦੇ ਕੋਲ ਟਮਾਟਰਲੇ ਹੈਗੇ ਨੇ ਅਤੇ ਬਹੁਤ ਘੱਟ ਨੇ, ਅਤੇ ਇਹਦਾ ਆਲ ਇੰਡੀਆ ਦੇ ਵਿੱਚ ਕੈਨਲ ਜਸਟ ਆਪਣੇ ਕੋਲ ਹੀ ਹੈ ਜੀ, ਇਹਦੀ ਬਰੀਡਿੰਗ ਆਪਾਂ ਹੀ ਕਰਦੇ ਹਾਂ, ਅਤੇ ਸੇਲ ਆਪਣੇ ਐਂ ਜੀ ਆਲ ਇੰਡੀਆ ਦੇ ਵਿੱਚ ਜਾਂਦੇ ਨੇ, ਅਦਰ ਸਟੇਟਾਂ 'ਚ ਬਹੁਤ ਜਾਂਦੇ ਨੇ, ਆਪਣੇ ਸਾਊਥ ਕਿੰਨੀ ਜਾਂਦੇ ਨੇ, ਮਹਾਰਾਸ਼ਟਰ ਕਿੰਨੀ ਜਾਂਦੇ ਨੇ, ਅਤੇ ਚੱਲੀ ਜਾਂਦੇ ਨੇ, ਬਟ ਇਹਨਾਂ ਦਾ ਇਸ ਟਾਈਮ ਕੈਨਲ ਬਹੁਤ ਘੱਟ ਨੇ, ਨਾ ਮਾਤਰੀ ਨੇ, ਹੈ ਹੀ ਨਹੀਂ ਮੈਨੂੰ ਲੱਗਦਾ ਕੋਈ ਇੰਡੀਆ ਦੇ ਵਿੱਚ ਹੋਰ ਕੈਨਲ ਹੈ ਨਹੀਂ। ਹੋਰ ਅਲੱਗ ਗੱਲ ਆ ਜੀ, ਕੁਛ ਕੋਈ ਕ੍ਰੋਸ ਬਰੀਡ ਵੇਚੀ ਜਾਵੇ ਜਾਂ ਕੁਛ ਕਹਿ ਕੇ ਭਾਵੇਂ ਵੇਚੀ ਜਾਵੇ, ਉਹ ਅੱਡ ਗੱਲ ਆ। ਬਹੁਤ ਕੇਸ ਮੈਨੂੰ ਦੇਖਣ 'ਚ ਆਏ ਨੇ ਕਿ ਲੋਕ ਮੇਰੇ ਡੌਗ ਦੀਆਂ ਫੋਟੋਆਂ ਦਿਖਾ ਦਿਖਾ ਕੇ ਬੱਚੇ ਸੇਲ ਕਰੀ ਜਾਂਦੇ ਨੇ, ਬਟ ਮੇਰੇ, ਮੈਂ ਲੋਕਾਂ ਨੂੰ ਗੁਜ਼ਾਰਿਸ਼ ਕਰਨਾ ਚਾਹੂੰਗਾ, ਜਿਹੜੇ ਇਹਨੇ ਬੱਚਾ ਲੈਣਾ ਵਾ ਉਹ ਪੂਰਾ ਤਸੱਲੀ ਕਰਕੇ ਬੱਚਾ ਲਿਆ ਕਰਨ, ਇਹਨਾਂ ਦਾ ਆਪਦਾ ਪੂਰਾ
तो मतलब जिन्ना चर तुम थोड़ा तसली नहीं ना होंगी उन्ना चर बच्चा ना लिया करो। लोग की सोचते हैं भी 5000 सस्ता मिल गया 10000 सस्ता मिल गया, बच्चा लैके खुश बहुत हो जाते हैं सू सस्ता बच्चा मिल गया। सही गल। पर जो 2 महीने का होंगे बच्चा जब दिखा रंग जो फिर पछता भी आना ही ने, तो मैं यही कहूँ भी 4 पैसे वध ला लो पर तसली कर लो। ये जरूरी नहीं होंगे भी महंगा ही बच्चा सस्ता वधिया होना वा, ठीक ठीक। पर मेरे कहने का मतलब यह महंगा सस्ता तो एक पासे रह के तसली करके लिया करो। बच्चा कदे भी इदा ना चक लिया करो कुछ, तुम माँ प्यो नहीं देखते, वो नहीं देखते, माँ प्यो तो ही निकलना होंगे बच्चे ने। जो माँ प्यो चंगा तो बच्चा ता ही चंगा बनना वा। तो रह गई गल इदा जी ये बारे अपना गल करी जाते, इनू पहाड़ी लोग बकरिया के नाल रखते सीगे, भेड़ा के नाल रखते सी, कहिंदे सी भी 500 भेड़ 400 भेड़ कल्ला कुत्ता कंट्रोल कर लैंदा, वह बाकी कर लैंदा होगा क्योंकि इहदे च इंटैलीजेंस बहुत आ, दिमाग बहुत आ, ये जिवें इन्हां नूं पता हुंदा भी किहड़ी चीज़ नूं किदों काबू करना कित्थे रोकना वा, अटैक भी नहीं करना तो राखी भी कर लैणी आ संभाल भी लैणी ने, तो करके वह इन्हां नूं उन्हां दे नाल रखते सी। मैं चीज़ खुद भी कई बार देखी है ये भी जिहड़े अपने गद्दी कुत्ते हुंदे ने उहनां नालों ਉਹਨਾਂ ਦਾ ਸਰੀਰ ਤਾਕਤ ਵੱਧਦਾ ਉਹਨਾਂ 'ਚ ਪਰ ਦਿਮਾਗ ਇਹਦੇ 'ਚ ਵੱਧਦਾ ਜੀ। ਫਰਤੀਲਾਪਣ ਦਿਮਾਗ ਅਗਰੈਸ਼ਨ ਅਤੇ ਰਾਖੀ ਕਰਨ ਦਾ ਇਹਨਾਂ ਦਾ ਢੰਗ ਤਰੀਕਾ ਇਹਨਾਂ 'ਚ ਸਭ ਕੁਛ ਉਹਨਾਂ ਨਾਲੋਂ ਵੱਧ ਆ। ਅਤੇ ਇੱਕ ਗੱਲ ਹੋਰ, ਇਹਨਾਂ ਦਾ ਕੰਮ ਸਿੱਧਾ ਜਿਹਾ ਜੀ, ਰੱਖਣੇ ਵੀ ਉਹਨਾਂ ਨਾਲੋਂ ਸੌਖੇ ਨੇ ਇਹ। ਅੱਛਾ। ਅਤੇ ਇਹਨਾਂ ਦਾ ਇਹ ਹੈ ਜੀ, ਬੱਚਾ ਵੀ ਤੁਹਾਨੂੰ ਥੋੜ੍ਹਾ ਉਹਨਾਂ ਨਾਲੋਂ ਘੱਟ ਰੇਟ 'ਤੇ ਮਿਲ ਜਾਂਦਾ। ਜੇ ਕਿਸੇ ਵੀਰ ਨੂੰ ਗਾਰਡ ਵਾਸਤੇ ਚਾਹੀਦਾ ਹੋਵੇ ਸਪੈਸ਼ਲ, ਤਾਂ ਇਹ ਡੋਗ ਬਹੁਤ ਵਧੀਆ ਡੋਗ ਨੇ। ਤੁਸੀਂ ਦੇਖ ਰਹੇ ਹੋਵੋਗੇ ਇਹਨਾਂ ਦੇ ਕੱਦ ਵੀ ਇਹਨਾਂ ਦੇ ਤਕਰੀਬਨ ਗੱਦੀਆਂ ਨਾਲੋਂ 1-2 ਇੰਚ ਦੇ ਨਾਲੋਂ ਫਰਕ ਹੀ ਹੁੰਦਾ ਵਾ। ਅਤੇ ਬਾਕੀ ਇਹ ਆ ਵੀ ਚਲੋ ਰਾਖੀ ਲਈ ਬਹੁਤ ਚੰਗੇ ਡੋਗ ਨੇ ਇਹ, ਰਾਖੀ ਲਈ ਬਹੁਤ ਬੈਸਟ ਨੇ ਇਹ। ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਵੀ ਹੁਣ ਆਪਣੇ ਜਿਹੜੇ ਲੋਕ ਨੇਗੇ ਇਹ ਡੋਗ ਵੱਲ ਆ ਰਹੇ ਆ ਜਾਂ ਨਹੀਂ ਆ ਰਹੇ? ਬਾਈ ਜੀ ਗੱਲ ਐਂ ਆ ਵੀ ਜਿਨ੍ਹਾਂ ਨੂੰ ਤਾਂ ਇਹਨਾਂ ਬਾਰੇ ਪਤਾ ਵਾ, ਹਾਂ ਉਹ ਤਾਂ ਬੰਦੇ ਇਹ ਮੰਨ ਕੇ ਚੱਲੋ ਵੀ ਤੁਸੀਂ ਵੀ ਮੇਰੇ ਕੋਲ ਬੱਚਾ ਜਾਂ ਨਹੀਂ ਵੀ ਹੋਊਗਾ ਨਾ, ਹੁਣ ਇਹਨਾਂ ਦਾ ਸੀਜ਼ਨ ਇਹਨਾਂ ਦਾ ਵੀ ਸਿਆਲੋ ਸਿਆਲ ਚੱਲਦਾ। ਅੱਛਾ। ਜਦੋਂ ਇਹਨਾਂ ਸੀਜ਼ਨ ਨਹੀਂ ਵੀ ਹੋਊਗਾ ਤਾਂ ਵੀ ਬੁਕਿੰਗਾਂ ਪਾ ਦਿੰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਵੀ ਇਹ ਤੋਂ ਬਿਨਾਂ ਹੋਰ ਚੀਜ਼ ਜਚਨੀ ਨਹੀਂ ਆਪਾਂ ਨੂੰ, ਹੈ ਨਾ? ਠੀਕ ਹੈ। ਜਿਨ੍ਹਾਂ ਨੂੰ ਇਹਦੇ ਬਾਰੇ ਨੌਲੇਜ ਆ, ਜਿਹੜੇ ਬੰਦੇ ਅਣਜਾਣ ਨੇ ਉਹ ਥੋੜ੍ਹਾ ਜਿਹਾ ਉਹਨਾਂ ਨੂੰ ਭੁਲੇਖਾ ਜਿਹਾ ਹੁੰਦਾ ਵੀ ਅਗਲਾ ਯਾਰ ਪਤਾ ਨਹੀਂ ਕੀ ਚੀਜ਼ ਆ, ਤਾਂ ਹੀ ਮੈਂ ਸਪੈਸ਼ਲੀ ਇਹਦੇ ਵਾਸਤੇ ਮੈਂ ਤੁਹਾਨੂੰ ਕਰੀ ਸੀ ਬੇਨਤੀ ਵੀ ਇਹਨਾਂ ਦੀ ਵੀਡੀਓ ਆਪਾਂ ਅੱਡ ਬਣਾਵਾਂਗੇ, ਆਪਾਂ ਇੱਕ ਵੀਡੀਓ 'ਚ ਡਿਫਰੈਂਸ ਵੀ ਬਣਾਵਾਂਗੇ। ਸਹੀ ਗੱਲ। ਅਤੇ ਵੀ ਕੀ ਡਿਫਰੈਂਸ ਆ, ਅਤੇ ਇਹਨਾਂ ਬਾਰੇ ਹੀ ਦੱਸਣ ਵਾਸਤੇ ਇੱਕ ਮੈਂ ਸਪੈਸ਼ਲੀ ਵੀਡੀਓ ਬਣਵਾਈ ਆ। ਅਤੇ ਇਹਦੇ ਬਾਰੇ ਤਾਂ ਐਂ ਮੰਨ ਕੇ ਚਲੋ ਵੀ ਜਿਹੜੀ ਆ ਮੈਂ ਤੁਹਾਨੂੰ ਫੀਮੇਲ ਮੇਰੇ ਕੋਲ ਇੱਧਰਲੇ ਸਾਈਡ ਹਕੂਮਤ ਇੱਧਰ ਆਓ, ਇਹ ਹੈਗੀ ਸਿਰਫ ਅਜੇ 10 ਕੁ ਮੰਥ ਦੀ, ਕੋਈ ਨਹੀਂ ਮੈਂ ਕਰਦਾ ਖੜੀ ਅਰੇ ਇੱਧਰ ਅੱਗੇ ਦਾ, ਇਹ ਹੈਗੀ ਜੀ 10 ਮੰਥ ਦੀ, ਠੀਕ ਹੈ ਜੀ। ਅਤੇ ਜਿਹੜਾ ਡੋਗ ਹੈ ਇਹ ਹੋ ਗਿਆ ਮੇਰੇ ਕੋਲ ਬਜ਼ੁਰਗ, ਇਹ ਹੋ ਗਿਆ ਜੀ 9-10 ਸਾਲਾਂ ਦਾ। ਅਤੇ ਮੈਂ ਤੁਹਾਨੂੰ ਅੱਗੇ ਆਪਾਂ ਵੀਡੀਓ ਦੇ ਵਿੱਚ ਜਿਹੜੇ ਇਸ ਟਾਈਮ ਸਾਡੇ ਕੋਲ ਨਵੇਂ ਤਿਆਰ ਕੀਤੇ ਡੋਗ ਨੇ ਉਹ ਆਪਾਂ ਫਿਰ ਹੁਣ ਘਰ ਦੇ ਵਿੱਚ ਜ਼ਿਆਦਾ ਡੋਗ ਰੱਖੇ ਨਹੀਂ ਜਾਂਦੇ, ਆਪਣੇ ਦੂਜੇ ਚੈਨਲ ਦੇ ਵਿੱਚ ਮੈਂ ਰੱਖੇ ਹੋਏ ਨੇ, ਤੁਹਾਨੂੰ ਮੈਂ ਦਿਖਾਊਂਗਾ। ਤੁਸੀਂ ਦੇਖੋਗੇ ਜੀ ਉਹਨਾਂ ਨੂੰ ਦੇਖ ਕੇ ਇੱਕ ਵਾਰੀ ਬੰਦੇ ਦੇ ਪੈਰ ਨਿਕਲ ਜਾਂਦੇ ਨੇ ਵੀ ਐਂ ਲੱਗਦਾ ਵੀ ਇਹਦੇ ਨੇੜੇ ਨਹੀਂ ਲੰਘਿਆ ਜਾਣਾ ਹੈਗਾ। ਅੱਛਾ। ਕਿਉਂਕਿ ਇਹਨਾਂ ਦਾ ਭੌਂਕਣ ਦਾ ਤਰੀਕਾ, ਇਹਨਾਂ ਦੀਆਂ ਅੱਖਾਂ ਡਾਰਕ ਪੀਲੀਆਂ ਅਤੇ ਇਹਨਾਂ ਦੇ ਵਾਲ ਸ਼ਾਰਪਨੈਸ ਬੰਦੇ ਨੂੰ ਡਰਾਉਂਦੀ ਆ ਵੀ ਇਹਨਾਂ ਦੇ ਨੇੜੇ ਨਹੀਂ ਲੱਗਣਾ। ਮੈਂ ਇਹ ਕਹੂੰ ਵੀ ਗਾਰਡ ਨੂੰ ਤੁਸੀਂ ਅਦਰ ਬਰੀਡਾਂ ਦੇ ਡੋਗ ਤਾਂ ਬਹੁਤ ਰੱਖ ਰੱਖ ਦੇਖੇ ਨੇ, ਇੱਕ ਵਾਰੀ ਇਹਨਾਂ ਕਿੰਨੀ ਨਿਗਾਹ ਮਾਰ ਲਿਓ, ਮੈਂ ਗਰੰਟੀ ਦਿੰਦਾ ਮੇਰੇ ਜੇ ਕੋਈ ਗੇਟ ਨੂੰ ਹੱਥ ਲਾ ਕੇ ਬਿਨਾਂ ਗੇ ਜੀ। ਅੱਛਾ। ਇਹ ਮਤਲਬ ਮੇਰਾ ਆਪਦਾ ਜਿਗਰਾ ਨਹੀਂ ਹੁੰਦਾ ਵੀ ਇਹਨਾਂ ਨਾਲ ਮੈਂ ਜੇ ਛੇੜ ਮਤਲਬ ਪਿਆਰ ਨਾਲ ਕਰੀ ਜਾਵਾਂ, ਜੇ ਇਹਨਾਂ ਨੂੰ ਮੈਂ ਤੰਗ ਕਰ ਲਿਆ ਮੈਨੂੰ ਡਰ ਲੱਗਣ ਲੱਗ ਜਾਂਦਾ ਵੀ ਕਿਤੇ ਇਹ ਨਾ ਹੋਵੇ ਵੀ ਮੇਰਾ ਨੁਕਸਾਨ ਕਰ ਦੇਣ, ਕਿਉਂਕਿ ਇਹਨਾਂ ਦਾ ਨਾ ਭੌਂਕਣ ਦਾ ਤਰੀਕਾ ਹੀ ਇੱਦਾਂ ਦਾ ਵਾ। ਇਹਨਾਂ ਦੇ ਭੌਂਕਣ ਦਾ ਤੁਸੀਂ ਦੇਖਿਆ ਜਾਵੇ ਜਿਹੜੇ ਕਸ਼ਮੀਰੀ ਬੰਦੇ ਨੇ ਉਹ ਫੋਨ ਕਰਦੇ ਨੇ, ਉਹ ਕਦੇ ਮੇਰੇ ਤੋਂ ਫੋਟੋ ਨਹੀਂ ਮੰਗੀ ਇਹਨਾਂ ਨੇ, ਇਹਨਾਂ ਦੀ ਉਹਨਾਂ ਨੇ। ਅੱਛਾ। ਉਹ ਮੈਨੂੰ ਕਹਿੰਦੇ ਨੇ ਵੀ ਵੀਡੀਓ ਕਾਲ ਦੇ ਵਿੱਚ ਜਾਂ ਆਪਣੀ ਫੋਨ ਕਾਲ ਦੇ ਵਿੱਚ ਇਹਨੂੰ ਭੌਂਕ ਕੇ ਦਿਖਾਓ, ਭੌਂਕਦਾ ਦਿਖਾਓ। ਇਹਨਾਂ ਦਾ ਭੌਂਕਣ ਦਾ ਤਰੀਕਾ ਬਾਕੀ ਸਾਰੀ ਬਰੀਡਾਂ ਤੋਂ ਅੱਡ ਹੁੰਦਾ ਜੀ, ਇਹ ਕੁਛ ਹੋਰ ਤਰੀਕੇ ਨਾਲ ਭੌਂਕਦੇ ਨੇ। ਇਹਨਾਂ ਨੂੰ ਇੱਕ ਸਾਈ ਕਹਿ ਦਿੰਦੇ ਨੇ, ਉਹ ਇੱਕ ਸਾਹ ਦੇ ਵਿੱਚ ਭੌਂਕਦੇ ਨੇ, ਮਤਲਬ ਇੱਕ ਵਾਰੀ ਮੂੰਹ ਅੱਡ ਲਿਆ ਮੂੰਹ ਨਹੀਂ ਬੰਦ ਕਰਨਾ ਭੌਂਕਣ ਲਈ, ਅਤੇ ਸਾਊਂਡ ਵੀ ਇਹਨਾਂ ਦਾ ਭੌਂਕਣ ਦਾ ਕੁਛ ਹੋਰ ਹੁੰਦਾ ਵਾ। ਅਤੇ ਉਹ ਤੋਂ ਬਾਅਦ ਖੁਰਾਕ ਇਹਨਾਂ ਦੀ ਬਹੁਤ ਘੱਟ ਹੈ ਜੀ। ਅੱਛਾ। ਖੁਰਾਕ ਇਹਨਾਂ ਦੀ ਜਿਵੇਂ ਆਮ ਕੁੱਤਿਆਂ ਨਾਲੋਂ ਵੀ ਮੈਂ ਕਹਿੰਦਾ ਘੱਟ ਹੀ ਆ ਇਹ। ਕੀ ਦਿੰਦੇ ਫਿਰ ਖੁਰਾਕ 'ਚ? ਖੁਰਾਕ ਇਹਨਾਂ ਨੂੰ ਬਾਈ ਜੀ ਆਪਣਾ ਆਪਣਾ ਹੋਮ ਫੂਡ ਵੀ ਚੱਲਦਾ ਅਤੇ ਡੋਗ ਫੂਡ ਵੀ ਚੱਲਦਾ ਵਾ, ਪਲੱਸ ਕੈਲਸ਼ੀਅਮ ਮਲਟੀਵਿਟਾਮਿਨ ਤਾਂ ਚੱਲੀ ਹੋ ਜਾਂਦੇ ਰਹਿੰਦੇ ਆ। ਅਤੇ ਪਰ ਇਹ ਆ ਵੀ ਜੇ ਆਮ ਕੁੱਤੇ ਨਾਲੋਂ ਜਿਵੇਂ ਕਹਿ ਦੀ ਨਾ ਵੱਡੀ ਬਰੀਡ ਆ, ਇਹ ਵੱਡੀ ਬਰੀਡ ਦੇ ਕੰਪੈਰੀਜ਼ਨ ਇੱਕ ਵੱਡੀ ਬਰੀਡ ਹੁੰਦੀ ਹੁੰਦੀ ਵੀ ਖੁਰਾਕ ਬਹੁਤ ਘੱਟ ਲੈਂਦੇ ਨੇ, ਅਤੇ ਬਿਲਕੁਲ ਰਫ ਐਂਡ ਟਫ ਨੇ, ਕੋਈ ਇਹਨਾਂ ਦੇ ਡਰ ਨਹੀਂ ਹੈਗਾ ਵੀ ਇਹਨਾਂ ਨੂੰ ਕੱਚੇ 'ਚ ਰੱਖਣਾ ਪੱਕੇ 'ਚ ਰੱਖਣਾ ਜਿੱਥੇ ਮਰਜ਼ੀ ਰੱਖੋ। ਅਤੇ ਰਾਖੀ ਲਈ ਮੈਨੂੰ ਨਹੀਂ ਲੱਗਦਾ ਵੀ ਇਹ ਦੋਤੇ ਦੀ ਕੁਛ ਹੋਰ ਹੋਊਗਾ, ਇੱਕ ਵਾਰੀ ਬੰਦਾ ਰੱਖ ਕੇ ਦੇਖ ਲਏ ਘਰੇ, ਅਤੇ ਜੇ ਦੂਜੀ ਬਰੀਡ ਕਿੰਨੀ ਬੰਦਾ ਮੂਵ ਵੀ ਕਰ ਜਾਵੇ। ਠੀਕ ਹੈ। ਇਹ ਪੁਰਾਣੇ ਬਜ਼ੁਰਗ ਇਹਨਾਂ ਨੂੰ ਕਹਿੰਦੇ ਹੁੰਦੇ ਸੀ, ਇਹਨਾਂ ਨੂੰ ਪੁਰਾਣੇ ਬਜ਼ੁਰਗ ਬਘਿਆੜੀ ਡੋਗ ਕਹਿੰਦੇ ਹੁੰਦੇ ਸੀਗੇ। ਅੱਛਾ। ਇਹਨਾਂ ਨੂੰ ਕਹਿੰਦੇ ਹੁੰਦੇ ਸੀ? ਇਹਨਾਂ ਨੂੰ ਇਹ ਸੀ ਇਹ ਬਘਿਆੜੀ ਡੋਗ, ਜਿਨ੍ਹਾਂ ਨੂੰ ਇਹ ਬੱਕਰਵਾਲ ਸੀ, ਇਹ ਅਸਲੀ ਨਾ ਇਹ ਬਰੀਡ ਗੱਦੀ ਨਾਲ ਮਿਲਦੀ ਜੁਲਦੀ ਸੀ, ਉਹਦੇ ਕਰਕੇ ਨਾ ਇਹ ਬਰੀਡ ਦੇ ਵਿੱਚ ਕੁਛ ਲੋਕਾਂ ਦੇ ਮਤਲਬ ਅਲਝੇਵੇਂ ਇਹਦੇ ਵਿੱਚ ਉਲਝ ਗਈ, ਬਰੀਡ ਖਤਮ ਜਿਹੀ ਹੋ ਗਈ। ਅਤੇ ਜੇ ਕਿਸੇ ਵੀਰ ਭਾਈ ਕੋਲ ਹੈਗੀ ਵੀ ਉਹ ਲੁਕੀ ਛਿਪੀ ਹੋਈ ਆ, ਮਤਲਬ ਇੰਨੀ ਸ਼ੋਅ ਨਹੀਂ ਹੁੰਦੀ, ਪਰ ਇਹ ਬਰੀਡ ਹੈਗੀ ਜ਼ਰੂਰ ਆ। ਜਿਹੜੀ ਆਪਣੇ ਕੋਲ ਇਸ ਸਮੇਂ
ਇਹਨੂੰ ਆਪਾਂ ਪਿਓਰ ਕਹਿ ਸਕਦੇ ਹਾਂ? ਬਿਲਕੁਲ ਬਿਲਕੁਲ ਜੀ ਬਿਲਕੁਲ, ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਪਿਓਰਟੀ ਦਾ ਮੈਂ ਤੁਹਾਨੂੰ ਦੱਸਦਾ। ਮੇਰੇ ਕੋਲ ਬੰਦੇ ਕਾਫੀ ਦੂਰੋਂ ਦੂਰੋਂ ਵੀ ਆਏ ਆ ਜਿਨ੍ਹਾਂ ਨੂੰ ਇਹਨਾਂ ਬਾਰੇ ਜ਼ਿਆਦਾ ਨੌਲੇਜ ਆ, ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਜਿਨ੍ਹਾਂ ਨੂੰ ਇਹਨਾਂ ਬਾਰੇ ਨੌਲੇਜ ਆ ਉਹ ਇਹਨੂੰ ਹੀ ਹੱਥ ਪਾਉਣਗੇ, ਹੋਰ ਨੂੰ ਹੱਥ ਨਹੀਂ ਪਾਉਂਦੇ ਹੈਗੇ। ਠੀਕ ਹੈ ਜੀ, ਉਹ ਬੰਦਿਆਂ ਨੇ ਆ ਕੇ ਇੱਕ ਵਾਰ ਘਰ ਆਪਣੇ ਕੁੱਤੇ ਦੇਖੇ ਨੇ, ਪਰਖੇ ਨੇ ਅਤੇ ਉਹਨਾਂ ਨੂੰ ਪਸੰਦ ਵੀ ਆਏ ਨੇ, ਅਤੇ ਉਹਨਾਂ ਨੇ ਇਹ ਗੱਲ ਕਹੀ ਵੀ ਆ ਵੀ ਚੰਗੀ ਆ ਚੀਜ਼, ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਇਹਨੇ ਭੌਂਕਣ ਦੀ ਆ ਨਾ ਉਹ ਚੀਜ਼ਾਂ ਤੁਸੀਂ ਪਰਖਦੇ ਨੇ ਉਹ ਕੁੱਤੇ ਨੂੰ। ਠੀਕ ਹੈ ਜੀ, ਇਹਦੇ ਭੌਂਕਣ ਦਾ ਤਰੀਕਾ, ਇਹਨਾਂ ਦੀ ਖੰਡ ਦਾ ਤਰੀਕਾ, ਅੱਖਾਂ, ਵਾਲ, ਸਭ ਤੋਂ ਵੱਡੀ ਗੱਲ ਇਹਨਾਂ ਦਾ ਜਿਹੜਾ ਮੇਨ ਹੈ ਜੀ ਗਾਰਡ। ਅੱਛਾ, ਹਾਂ ਇਹਨਾਂ ਦਾ ਗਾਰਡ, ਇਹਨਾਂ ਨੂੰ ਮੇਨ ਅਸਲੀ ਗਾਰਡ ਡੋਗ ਆਪਾਂ ਇਹਨਾਂ ਨੂੰ ਕਹਿ ਸਕਾਂਗੇ, ਕਿਉਂਕਿ ਜਦੋਂ ਇਹ ਰਾਖੀ ਕਰਦੇ ਨੇ ਨਾ ਜੀ ਸਾਰੀ ਰਾਤ ਇਹਨਾਂ ਨੇ ਸੌਣਾ ਨਹੀਂ। ਇੱਕ ਮਤਲਬ ਜਿੱਡਾ ਵੱਡਾ ਮਰਜ਼ੀ ਘਰ ਆ, ਫਾਰਮ ਹਾਊਸ ਹੋਵੇ, ਜਿੱਡਾ ਮਰਜ਼ੀ ਬੰਦੇ ਦਾ, ਮੈਨੂੰ ਨਹੀਂ ਲੱਗਦਾ ਵੀ ਜਿੱਥੇ ਦੋ ਡੋਗ ਹੋਣਗੇ ਉੱਥੇ ਕੋਈ ਹੋਰ ਚੀਜ਼ ਪਰਿੰਦਾ ਵੀ ਪਰ ਮਾਰ ਜੂਗਾ। ਹੁਣ ਤੁਸੀਂ ਆਪ ਲਾ ਲਓ ਹਿਸਾਬ, ਨਾ ਤਾਂ ਇਹਨਾਂ ਨੇ ਠੰਡ 'ਚ ਦਬਣਾ, ਠੰਡ ਜਿੰਨੀ ਮਰਜ਼ੀ ਹੋਵੇ ਇਹਨਾਂ ਨੂੰ ਘਿਓ ਮੁੱਗੂ ਲੱਗਣੀ ਆ। ਅੱਛਾ, ਠੀਕ ਹੈ ਜੀ, ਫਰਤੀਲਾਪਣ ਤੁਹਾਡੇ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਫਰਤੀਲੇ ਨੇ। ਦੂਜੀ ਗੱਲ, ਇਹਨਾਂ ਨੂੰ ਕੋਈ ਇਨਵਾਇਰਮੈਂਟ ਦਾ ਇਫੈਕਟ ਨਹੀਂ ਹੈਗਾ ਵੀ ਗਰਮੀ ਆ ਗਈ ਜੀ, ਸਰਦੀ ਆ ਗਈ ਜੀ, ਕੋਈ ਮਤਲਬ ਕੋਈ ਇਹਨਾਂ ਦਾ ਮੈਡੀਕਲ ਉਹ ਖਰਚਾ ਨਹੀਂ ਹੈਗਾ, ਸਿਰਫ ਖੁਰਾਕ ਪਾਓ ਅਤੇ ਰਾਖੀ ਕਰੋ। ਠੀਕ ਹੈ ਜੇ ਬਾਈ, ਇਹਦੀ ਆਪਾਂ ਇਹਦੇ ਬਾਬਤ ਗੱਲ ਬਾਰੇ ਬਾਤ ਕਰੀਏ ਵੀ, ਹੈ ਨਾ, ਆਪਾਂ ਇਹ ਤੋਂ ਸ਼ੋਅ 'ਚ ਲੈ ਕੇ ਗਏ ਹੋਵਾਂਗੇ, ਸ਼ੋਅਾਂ 'ਚ ਟਰਾਫੀਆਂ ਵਗੈਰਾ ਆਈਆਂ ਨੇ ਇਹਨਾਂ ਤੋਂ? ਬਾਈ ਜੀ ਬੜੀ, ਹੁਣ ਤੁਹਾਨੂੰ ਕੀ ਕਹਾਂ, ਦੇਖਿਆ ਜਾਵੇ ਬਾਈ ਜੀ ਇਹਨਾਂ ਦੀ ਸ਼ੋਅ ਦੇ ਵਿੱਚ ਨਾ ਲਿਸਟ 'ਚ ਹੀ ਨਾਮ ਹੀ ਹੈ ਨੀਗਾ। ਅੱਛਾ, ਹਾਂ ਸਾਡੇ ਕੋਲ ਡੋਗ ਤਾਂ ਬਹੁਤ ਸੋਹਣੇ ਸੋਹਣੇ ਨੇ, ਮੈਂ ਕਹਿੰਦਾ ਵੀ ਜਿੰਨੇ ਸੋਹਣੇ ਸਟੈਗ ਲਾਉਂਦੇ ਨੇ, ਜਿੰਨੇ ਸੋਹਣੇ ਖੜ੍ਹਦੇ ਨੇ, ਇਹਨਾਂ ਦੇ ਨਾ ਜਿਹੜੀ ਬਣਤਰ ਆ ਨਾ ਥੋੜ੍ਹੀ ਥੋੜ੍ਹੀ 70% ਤਿੱਬਤੀਨ ਮਸਤੀਫ ਵਰਗੀ ਹੈ। ਮਤਲਬ ਪੂਛ ਦਾ ਤਰੀਕਾ, ਖੰਡ ਦਾ ਤਰੀਕਾ, ਫਰਤੀਲਾਪਣ ਅਤੇ ਕਾਫੀ ਗੁਣਿਆਂ 'ਚ ਬਹੁਤ ਚੰਗੇ ਨੇ ਜਿਹੜੇ ਸ਼ੋਅ ਵਾਲੇ ਨੇ, ਪਰ ਇਹਨਾਂ ਦਾ ਕਿਤੇ ਲਿਸਟ ਦੇ ਵਿੱਚ ਨਾਮ ਹੀ ਨਹੀਂ ਹੈਗਾ, ਕਿਉਂਕਿ ਨਾਮ ਆਪ ਹੀ ਨਹੀਂ ਹੈਗਾ, ਜਦ ਆਪਾਂ ਰੱਖਣੀ ਹੋਈ ਨਹੀਂ ਬਰੀਡ ਤਾਂ ਸ਼ੋਅਾਂ ਦੇ ਵਿੱਚ ਕਿਵੇਂ ਲੱਗਣੀ ਆ, ਲਿਸਟ ਦੇ ਵਿੱਚ ਨਾਂ ਨਹੀਂ ਹੋਣਾ, ਤਾਂ ਕਰਕੇ ਆਪਾਂ ਇਹਨਾਂ ਨੂੰ ਕਰ ਨਹੀਂ ਸਕੇ। ਤਾਂ ਅਸੀਂ ਕੋਸ਼ਿਸ਼ ਕਰੀ ਸੀ ਪਰ ਨਹੀਂ ਬਣੀ ਗੱਲ, ਅਤੇ ਪਰ ਫਿਰ ਵੀ ਆਪਣੇ ਕੋਲ ਪਰ ਡੋਗ ਸ਼ੋਅ ਕੁਆਲਿਟੀ ਹੀ ਨੇ, ਮਤਲਬ ਸਿਰੇ ਉਹਨਾਂ ਦੇ ਤੁਸੀਂ ਦੇਖ ਸਕਦੇ ਹੋ, ਹੁਣ ਆ ਫੀਮੇਲ ਦੇਖ ਲਓ, ਕੋਈ ਇਹਨੂੰ ਆਪਾਂ ਸਟੈਗ ਨਹੀਂ ਲਵਾਇਆ ਹੋਇਆ, ਪਰ ਖੰਡ ਦਾ ਤਰੀਕਾ ਦੇਖੋ, ਚੰਗਾ ਤਕੜਾ ਜਿਹੜਾ ਵੱਡੇ ਚੰਗਾ ਲਾਈਨ ਦਾ ਡੋਗ ਆ ਨਾ, ਜਿਹੜਾ ਸ਼ੋਅ ਕੁਆਲਿਟੀ ਡੋਗ ਆ, ਉਹਨੂੰ ਵੀ ਸਟੈਗ ਲਵਾ ਕੇ ਖੜਵਾਉਣਾ ਪੈਂਦਾ ਤੁਹਾਡੇ ਸਾਹਮਣੇ ਆ, ਪੂਛ ਦੇਖੋ ਫੀਮੇਲ ਦੀ, ਲੱਤਾਂ ਦੇਖੋ ਫੀਮੇਲ ਦੀਆਂ, ਖੰਡ ਦਾ ਤਰੀਕਾ ਦੇਖੋ, ਇਹੀ ਚੀਜ਼ਾਂ ਉਸ ਸ਼ੋਅ ਦੇ ਵਿੱਚ ਜੱਜ ਨੇ ਦੇਖਣੀਆਂ ਹੁੰਦੀਆਂ ਨੇ ਵੀ ਕਿਹੜੀ ਚੀਜ਼ ਕਿ ਆਪ ਕਿੱਥੇ ਕੁ ਜੱਚ ਕੇ ਖੜ੍ਹਦੀ ਆ, ਕੀ ਗੱਲਬਾਤ ਉਹਦੇ 'ਚ, ਕੀ ਉਹ 'ਚ ਕਮੀਆਂ ਨੇ, ਕੀ ਖੂਬੀਆਂ ਨੇ। ਹੁਣ ਤੁਸੀਂ ਦੇਖ ਸਕਦੇ ਹੋ ਕੋਈ ਇਹਨਾਂ ਨੂੰ ਕੋਈ ਲਾਉਣ ਦੀ, ਜੇ ਇਹੋ ਜਿਹੇ ਡੋਗ ਸ਼ੋਆਂ ਦੇ ਵਿੱਚ ਲੱਗਣ ਅਤੇ ਲੋਕਾਂ ਨੂੰ ਵੀ ਇਨਫੋਰਮੇਸ਼ਨ ਮਿਲੇ, ਪਤਾ ਲੱਗੇ ਵੀ ਸਾਡੀਆਂ ਇੰਡੀਅਨ ਬਰੀਡਾਂ ਕੀ ਨੇ। ਇਹੀ ਸਾਡੀ ਆਪਣੀ ਸਭ ਤੋਂ ਇੱਥੇ ਬਸ ਗੱਲ ਮਾੜੀ ਆਪਣੇ ਵੀ, ਹੋਰ ਬਰੀਡਾਂ ਨੂੰ ਵੀ ਮੈਂ ਇਹ ਨਹੀਂ ਕਹਿੰਦਾ ਵੀ ਨਾ ਰੱਖੋ, ਰੱਖੋ ਉਹਨਾਂ ਨੂੰ ਵੀ, ਪਰ ਆਪਦੇ ਨੂੰ ਵੀ ਆਪਦਾ ਨਾ ਭੁੱਲੋ, ਆਪਦਾ ਵੀ ਰੱਖੋ ਨਾਲ। ਠੀਕ ਹੈ, ਜਿਹੜੀਆਂ ਆਪਣੀਆਂ ਪਿਛੋਕੜ ਨੇ ਆਪਣੇ ਇੰਡੀਅਨ ਬਰੀਡਾਂ ਨੇ ਇਹਨਾਂ ਨੂੰ ਨਾ ਭੁੱਲੋ, ਇਹਨਾਂ ਨੂੰ ਰੱਖੋ। ਜਿਵੇਂ ਬਾਈ ਤੁਸੀਂ ਕਹਿੰਦੇ ਵੀ ਇਹ ਕਸ਼ਮੀਰ ਦੀ ਉਹ ਆ ਨਾ ਆਪਣੀ, ਹਾਂਜੀ ਉੱਥੋਂ ਦੀ ਹੈ ਬਰੀਡ, ਹਾਂਜੀ, ਅਤੇ ਆਪਣੇ ਇੱਧਰ ਆ ਕੇ ਇਹਨੂੰ ਜਿਵੇਂ ਗਰਮੀਆਂ ਹੁੰਦੀਆਂ ਨੇਗੀਆਂ ਉਦੋਂ ਤਾਂ ਨਹੀਂ ਔਖਿਆਈ ਮਹਿਸੂਸ ਹੁੰਦੀ ਇਹਨੂੰ ਬਰੀਡ ਨੂੰ? ਇਹ ਬਰੀਡ ਦਾ ਇੱਕ ਇਹ ਵੀ ਬਹੁਤ ਵੱਡਾ ਸੁੱਖ ਆ, ਇਹ ਵੀ ਇਹ 'ਚ ਬਹੁਤ ਵੱਡਾ ਪੋਜ਼ਿਟਿਵ ਪੁਆਇੰਟ ਆ। ਇਹ ਬਰੀਡ ਦੇ ਨਾ ਜਦੋਂ ਤਾਂ ਹੈਗੀ ਆਪਣੀ ਅਕਤੂਬਰ ਆ ਗਿਆ ਜੀ, ਇਹਨੇ ਪੂਰਾ ਕੋਡ ਚੱਕਣਾ ਸ਼ੁਰੂ ਕਰ ਦੇਣਾ, ਫਰਵਰੀ ਤੱਕ ਇਹਦਾ ਕੋਡ ਪੂਰਾ ਰਹਿਣਾ ਮੈਂ ਇਹਨਾਂ ਦਾ। ਜਦੋਂ ਆ ਗਈ ਮਾਰਚ, ਇਹਨੇ ਇੱਕ ਹਫ਼ਤੇ ਦੇ ਵਿੱਚ ਇੱਕਦਮ ਹੀ ਵਾਲ ਲਾ ਦੇਣੇ ਨੇ ਅਤੇ ਜਮ੍ਹਾਂ ਛੋਟੇ ਛੋਟੇ ਵਾਲ ਰੱਖਣੇ ਨੇ। ਮੈਂ ਤੁਹਾਨੂੰ ਦੱਸਿਆ ਵੀ ਇਹਨੂੰ ਤਾਂ ਰੱਖਣਾ ਇੰਨਾ ਕੁ ਸੌਖਾ ਨਾ, ਕੋਈ ਇਹਦੀਆਂ ਲੱਤਾਂ ਦਾ ਬੜਾ, ਇੱਕ ਜਿਵੇਂ ਹੁਣ ਮੈਂ ਤੁਹਾਨੂੰ ਦੱਸ ਕੇ ਹਟਿਆ ਜਿਵੇਂ ਗੱਦੀ ਇੱਕ ਜਾਇੰਟ ਬਰੀਡ ਆ, ਉਹਦੇ 'ਤੇ ਨਾ ਆਪਾਂ ਨੂੰ ਖੁਰਾਕ ਦਾ ਖਰਚਾ ਵੀ ਵੱਧ, ਅਤੇ ਦੂਜੀ ਗੱਲ ਇਹ ਆ ਵੀ ਉਹਨੂੰ ਰੱਖਣ ਲੱਗੇ ਥੋੜ੍ਹਾ ਧਿਆਨ ਬਹੁਤ ਰੱਖਣਾ, ਉਹ ਸਰਦਾਰੀ ਜਿਹੀ ਬਰੀਡ ਆ, ਇਹ ਬਹੁਤ ਸ਼ੌਂਕ ਨਾਲ ਪਾਲਣ ਵਾਲੀ ਬਰੀਡ ਆ, ਅਤੇ ਪਲੱਸ ਉਹ ਰਾਖੀ ਉਹ ਵੀ ਬਹੁਤ ਕਰਦੇ ਨੇ, ਉਹ ਬਹੁਤ ਮਤਲਬ ਨਾ ਜੇ ਕਿਸੇ ਨੇ ਥੋੜ੍ਹਾ ਜਿਹਾ ਰਾਖੀ ਪਲੱਸ ਸ਼ੌਂਕ ਪਾਲਣਾ ਵੱਡਾ ਸਾਰਾ ਸ਼ੇਰ ਮੁੰਗੂ ਕੁੱਤਾ ਰੱਖਣਾ, ਉਹ ਬਰੀਡ ਉਸ ਹਿਸਾਬ ਨਾਲ ਆ। ਇਹ ਬਰੀਡ ਇਹ ਆ ਵੀ ਜੇ ਕਿਸੇ ਨੂੰ ਰਾਖੀ ਪਲੱਸ ਸ਼ੌਂਕ ਵੀ ਠੀਕ ਆ, ਜੇ ਅਗਲੇ ਨੂੰ ਹੈਗਾ ਇਸ ਟਾਈਪ ਦੇ ਡੋਗ ਰੱਖਣਾ ਚਾਹੁੰਦਾ, ਸ਼ੌਂਕ ਵੀ ਪਾਲਿਆ ਜਾਊ, ਰਾਖੀ ਸਿਰੇ ਦੀ ਅਤੇ ਰੱਖਣਾ ਬਿਲਕੁਲ ਆਸਾਨ, ਕੋਈ ਇਹਦੀ ਲੱਤਾਂ ਦਾ ਧਿਆਨ ਨਹੀਂ ਦੇਣਾ ਪੈਣਾ, ਲੱਤਾਂ ਦੀ ਪੱਕਾ ਉਹ ਸਹੀ ਜਾਣੀਆਂ ਨੇ ਜੀ, ਕੋਈ ਇਹਦੇ ਲਈ ਬਾਲਾ ਕਰ ਬੰਦੇ ਨੂੰ ਐਫਰਟ ਨਹੀਂ ਕਰਨੇ ਪੈਣੇ ਜੀ, ਇਹਨੂੰ ਕੋਈ ਕੋਈ ਡਾਕਟਰੀ ਇਲਾਜ ਦੀ ਲੋੜ ਨਹੀਂ ਪੈਣੀ ਹੈਗੀ, ਸੱਦਾ ਸੱਦਾ ਜਿਹਾ ਬਸ ਖੁਰਾਕ ਪਾਓ, ਅਤੇ ਮਤਲਬ ਇਹ ਆ ਵੀ ਰਾਖੀ ਵਾਲਾ ਕੰਮ ਸਿਰਾ ਵਾ, ਅਤੇ ਦੇਖਣ ਨੂੰ ਘਰ ਲੱਗਣਗੇ ਵੀ, ਮਤਲਬ ਜਿਹੜਾ ਆਪਣਾ ਚੰਗਾ ਬੱਖਰਵਾਲ ਡੋਗ ਹੁੰਦਾ ਨਾ ਜੀ, ਇਹਦੀ ਛਾਤੀ ਅੱਗਿਓਂ ਘੱਟੋ ਘੱਟ 1 ਫੁੱਟ ਚੌੜੀ ਹੋ ਜਾਂਦੀ ਹੈ, ਪਿੱਛੋਂ ਥੋੜ੍ਹਾ ਜਿਹਾ ਨੀਵਾਂ ਹੁੰਦਾ, ਜਦੋਂ ਇਹ ਖੜ੍ਹਦਾ ਨਾ ਕੁੱਤਾ ਤਾਂ ਆਟੋਮੈਟਿਕਲੀ ਬੜਾ ਚੰਗਾ ਪ੍ਰਭਾਵ ਪਾਉਂਦਾ ਕੁੱਤਾ, ਉਹ ਬਹੁਤ ਸੋਹਣਾ ਲੱਗਦਾ, ਲੱਗਦਾ ਵੀ ਕੁੱਤਾ ਕੋਈ ਖੜ੍ਹਾ ਵਾ, ਚੰਗੀ ਨਸਲ ਦਾ ਕੁੱਤਾ ਖੜ੍ਹਾ ਵਾ। ਅਸੀਂ ਹੁਣ ਪਿੱਛੇ ਜਿਹੇ ਧੂਰੀ ਡੋਗ ਸ਼ੋਅ ਦੇ ਵਿੱਚ ਤੁਸੀਂ ਉਦੋਂ ਚਲੇ ਗਏ ਸੀ, ਆਪਾਂ ਜਿਹੜੀ ਵੀਡੀਓ ਕੈਪਚਰ ਕਰੀ ਸੀ ਉਹਦੇ ਵਿੱਚ ਉੱਥੇ ਇੱਕ ਡੋਗ ਲਿਆਂਦਾ, ਤਾਂ ਬਹੁਤ ਜਿਹੜੇ ਮਤਲਬ ਚੰਗੇ ਬਰੀਡਰ ਨੇ ਤਾਂ ਉਹਨਾਂ ਨੇ ਬਹੁਤ ਪਸੰਦ ਕਰਿਆ, ਅਤੇ ਕਿਹਾ ਵੀ ਕਹਿੰਦੇ ਯਾਰ ਆਹ ਚੀਜ਼ ਬੜੀ ਸੋਹਣੀ ਲੱਗੀ ਦੇਖਣ ਨੂੰ, ਮਤਲਬ ਇੱਕ ਤਾਂ ਸ਼ਾਰਪਨੈਸ
ਪਰਮਿੰਦਰ ਬਾਈ ਜੀ ਐਂ ਦੱਸੋ ਆਪਣੇ ਕੋਲ ਵੱਖਰਵਾਲ ਦੇ ਇਹ ਦੋ ਹੀ ਡੋਗ ਨੇ ਜਾਂ ਹੋਰ ਵੀ ਨੇਗੇ? ਨਹੀਂ ਬਾਈ ਜੀ, ਵੱਖਰਵਾਲ ਦੇ ਆਪਣੇ ਕੋਲ ਡੋਗ ਹੋਰ ਵੀ ਕਾਫੀ ਨੇ। ਨਹੀਂ ਕਰਦੇ ਆ, ਆਪਣੇ ਕੋਲ ਘੱਟੋ ਘੱਟ 5-6 ਡੋਗ ਨੇ ਹੋਰ। ਅੱਛਾ, ਜਿਹੜੇ ਕਿ ਆਪਾਂ ਦੂਜੇ ਕੈਨਲ ਜਾਣੀ ਕਿ ਮੇਰੇ ਮਾਮਾ ਜੀ ਦੀ ਕੈਨਲ ਆ, ਮੈਂ ਉੱਥੇ ਰੱਖੇ ਹੋਏ ਨੇ, ਕੁਛ ਕਰਦੇ ਫਰੈਂਡ ਨੂੰ ਦਿੱਤੇ ਹੋਏ ਨੇ। ਕਾਰਨ ਕੀ ਹੈ ਨਾ, ਮੇਰੇ ਕੋਲ ਇੱਥੇ ਜ਼ਿਆਦਾ ਡੋਗ ਨੇ, ਘਰੇ 6 ਡੋਗ ਘਰੇ ਨੇ, ਠੀਕ ਹੈ, ਪਲੱਸ ਗੱਦੀ, 2 ਵੱਖਰਵਾਲ ਹੋ ਗਏ ਪਲੱਸ ਗੱਦੀ ਨੇ ਘਰੇ, ਤਾਂ ਕਰਕੇ ਮੇਰੇ ਤੋਂ ਇੰਨੇ ਮੰਡੇ ਨਹੀਂ ਹੁੰਦੇ। ਬਾਕੀ ਡੋਗ ਆਪਣੇ ਦੂਜੇ ਕੈਨਲ ਦੇ ਨੇ, ਉਹ ਆਪਾਂ ਅਗਲੇ ਦੂਜੇ ਚੈਨਲ 'ਤੇ ਦੂਜੇ ਕੈਨਲ 'ਤੇ ਚੱਲਦੇ ਹਾਂ, ਅਤੇ ਤੁਹਾਨੂੰ ਉਹ ਡੋਗ ਦਿਖਾਉਂਦੇ ਹਾਂ ਉੱਥੇ ਚੱਲ ਕੇ, ਅਤੇ ਉਹ ਬਹੁਤ ਚੰਗੀ ਕੁਆਲਿਟੀ ਦੇ, ਜਿਵੇਂ ਡੋਗਾਂ ਦੇ ਨਾਮ ਤੁਸੀਂ ਬਹੁਤ ਉਹਨਾਂ ਨੇ ਜਿੰਨੇ ਮੇਰੇ ਵੀਰ ਭਰਾ ਧਿਆਨ ਦਿੰਦੇ ਨੇ ਇਸ ਚੀਜ਼ 'ਚ, ਉਹਨਾਂ ਨੇ ਸੁਣੇ ਹੋਣੇ ਜੱਗੂਆ ਡੋਗ ਦਾ ਨਾਂ, ਇੱਕ ਦਾ ਨਾਂ ਬੱਬਰ ਆ, ਗੱਬਰ ਸੋਰੀ, ਤਾਂ ਮਤਲਬ ਚੰਗੇ ਡੋਗ ਨੇ, ਤੁਹਾਨੂੰ ਉਹਨਾਂ ਬਾਰੇ ਮੈਂ ਰੂਬਰੂ ਕਰਵਾਉਂਦਾ। ਠੀਕ ਹੈ, ਲਓ ਵੀਰੋ ਹੁਣ ਆਪਾਂ ਚੱਲਦੇ ਹਾਂ ਬਾਈ ਦੇ ਦੂਸਰੇ ਫਾਰਮ ਦੇ ਵਿੱਚ, ਅਤੇ ਉੱਥੇ ਜਿਹੜੇ ਵੱਖਰਵਾਲ ਦੇ ਡੋਗ ਨੇ ਉਹ ਦਿਖਾਉਣਗੇ ਤੁਹਾਨੂੰ, ਬਣੇ ਰਹਿਣਾ ਤੁਸੀਂ ਵੀਡੀਓ ਦੇ ਵਿੱਚ। ਗੱਬਰ, ਹਾਂ ਪਰਮਿੰਦਰ ਬਾਈ ਜੀ, ਇਹਦੇ ਬਾਬਤ ਦੱਸੋ। ਬਾਈ ਜੀ, ਇਹ ਆਪਣਾ ਦੂਜਾ ਡੋਗ ਹੈ ਜੀ, ਨਾਮ ਗੱਬਰ ਹੈ ਜੀ ਇਹਦਾ, ਜਿਹੜਾ ਤੁਸੀਂ ਕੱਲ੍ਹ ਡੋਗ ਦੇਖਿਆ, ਜਿਹੜਾ ਮੈਂ ਤੁਹਾਨੂੰ ਦੱਸਿਆ ਸੀ 9 ਸਾਲ ਦਾ, ਇਹ ਉਹਦਾ ਬੱਚਾ ਜੀ, ਇਹ ਹੋ ਚੁੱਕਾ ਜੀ 3 ਸਾਲ ਦਾ, ਅਤੇ ਤੁਸੀਂ ਦੇਖ ਸਕਦੇ ਹੋ ਇਹਦੀ ਗਰੋਥ ਦੇਖ ਸਕਦੇ ਹੋ, ਉਹਦੇ ਨਾਲ ਕਾਫੀ ਗਰੋਥ ਲੱਗ ਰਹੀ ਹੈ ਨਾ। ਹਾਂਜੀ, ਉਹ ਮੈਂ ਤੁਹਾਨੂੰ ਦੱਸਿਆ ਬਜ਼ੁਰਗ ਹੋ ਗਿਆ ਉਹ ਹੁਣ, ਅਤੇ ਇਹ ਉਹਦਾ ਜਾਣੀ ਕਿ ਹੁਣ ਇਸ ਟਾਈਮ ਜੰਗ ਬਲੱਡ ਆ, ਅਤੇ ਇਹਦੀ ਹੈ ਉਮਰ 3 ਸਾਲ ਹੋ ਗਈ ਜੀ, ਅਤੇ 31 ਦਸੰਬਰ ਨੂੰ ਅੱਜ ਦਾ ਜਨਮ ਦਿਨ ਵੀ ਆ। ਸੋਰੀ, ਮੁਬਾਰਕਾਂ ਤੁਹਾਨੂੰ, ਤੁਹਾਨੂੰ ਵੀ ਬਹੁਤ ਬਹੁਤ, ਅੱਜ ਦਾ ਜਨਮ ਦਿਨ ਵੀ ਆ, ਅਤੇ ਪਲੱਸ ਇਹ ਆਇਆ ਵੀ ਉਹਦੇ ਨਾਲ ਗਰੋਥ ਵੀ ਵੱਧਦਾ ਜੀ, ਅਤੇ ਥੋੜ੍ਹੀ ਇਹਦੀ ਕੇਅਰ ਵੀ ਵਧੀਆ ਹੋਈ ਹੋਈ ਆ। ਅੱਛਾ, ਬਾਕੀ ਦੇਖੀ ਜਾਂਦੇ ਹੋ ਤੁਸੀਂ, ਐਕਟਿਵ ਆ ਪੂਰਾ, ਫੁਰਤੀਲੇਪਣ 'ਚ ਜ਼ਿਆਦਾ ਉਹਦੇ ਨਾਲੋਂ, ਅਤੇ ਸੋਹਣਾ ਇਹ ਵੀ, ਮਤਲਬ ਵਧੀਆ ਗਾਰਡ ਕਰਦਾ। ਇਹ ਤੋਂ ਬਰੀਡਿੰਗ ਆਪਾਂ ਸ਼ੁਰੂ ਕੀਤੀ ਹੋਈ ਆ ਇਹਦੇ ਤੋਂ? ਹਾਂਜੀ, ਇਹਦੇ ਤੋਂ ਆਪਾਂ ਲਈ ਜਾਂਦੇ, ਇਹ ਤੋਂ ਵੀ 1-2 ਮੀਟਿੰਗਾਂ ਲਈਆਂ ਨੇ, ਇਹਦੇ ਤੋਂ ਆਏ ਹਾਂ, ਥੋੜ੍ਹੀ ਘੱਟ ਲੈਂਦੇ ਹਾਂ, ਫਿਰ ਸਾਨੂੰ ਉਹਦਾ ਚੱਲੀ ਜਾਂਦਾ ਵਾ ਬਰੀਡਿੰਗ ਦਾ। ਇਹਦਾ ਨਾ ਵੱਖਰਵਾਲ ਦਾ ਇਹ ਆ ਨਾ ਜੀ, ਆਪਣੇ ਕੋਲ 2 ਡਿਫਰੈਂਟ ਲਾਈਨਾਂ ਨੇ, ਇੱਕ ਇਹ ਡੋਗ ਹੋ ਗਿਆ ਜੀ ਜਿਹੜਾ ਆਪਣਾ ਜੈਲੀ ਦੀ ਲਾਈਨ 'ਚੋਂ ਆ, ਅਤੇ ਦੂਜਾ ਡੋਗ ਇੱਕ ਤੁਹਾਨੂੰ ਇਹ ਤੋਂ ਬਾਅਦ ਦਿਖਾਵਾਂਗੇ, ਜਿਹੜਾ ਉਹ ਹੈਗਾ ਜੀ ਜੱਗੂ, ਬਹੁਤ ਫੇਮਸ ਡੋਗ ਆ ਉਹ, ਕਾਫੀ ਬੰਦੇ ਉਹਨੂੰ ਜਾਣਦੇ ਨੇ ਜਿਹੜੇ ਇਸ ਬਰੀਡ 'ਚ ਇੰਟਰਸਟ ਰੱਖਦੇ ਨੇ। ਅੱਛਾ ਅੱਛਾ, ਉਹ ਕਾਫੀ ਅਗਰੈਸਿਵ ਅਤੇ ਕਾਫੀ ਵੱਡਾ, ਉਹ ਇਹਨਾਂ ਸਾਰਿਆਂ 'ਚੋਂ ਹੀ ਵੱਡਾ ਵਾ ਡੋਗ, ਉਹ ਵੀ ਵੱਖਰਵਾਲੀ, ਉਹ ਵੱਖਰਵਾਲੀ ਹੈ ਜੀ, ਉਹਦੇ 'ਚ ਥੋੜ੍ਹਾ ਜਿਹਾ ਬੋਨ ਸਾਈਜ ਅਤੇ ਹਾਈਟ ਜ਼ਿਆਦਾ ਇਹਨਾਂ ਤੋਂ, ਅਤੇ ਚੌੜਾਪਣ ਜ਼ਿਆਦਾ ਇਹਨਾਂ 'ਚੋਂ, ਉਹ ਇਹਨਾਂ ਤੋਂ ਵੀ ਉੱਪਰ ਦੀ ਆ, ਉਹ ਡਿਫਰੈਂਟ ਬਲੱਡ ਲਾਈਨ ਦਾ ਡੋਗ ਆ। ਇਹਦੀ ਵੀ ਬਰੀਡਿੰਗ ਆਪਾਂ ਅੱਗੇ ਚੱਲੀ ਜਾਂਦੀ, ਇਹ ਤੋਂ ਵੀ ਮੀਟਿੰਗਾਂ ਲਈਆਂ ਹੋਈਆਂ ਨੇ 1-2, ਅਤੇ ਉਹਦੇ ਤੋਂ ਵੀ ਆਪਾਂ ਮੀਟਿੰਗਾਂ ਲਈਆਂ ਹੋਈਆਂ ਨੇ, ਉਹਦੇ ਬੱਚੇ ਵੀ ਪ੍ਰੈਜ਼ੈਂਟ 'ਚ ਆਪਣੇ ਕੋਲ ਹੈਗੇ ਨੇ। ਅੱਛਾ ਅੱਛਾ, ਅਤੇ ਇਹ ਮਤਲਬ ਸਾਰੇ ਵੱਖਰਵਾਲ 'ਚ ਹੀ ਆ ਜਾਂਦੇ ਨੇ ਡੋਗ ਇਹ, ਅਤੇ ਕੰਟੀਨਿਊ ਆਪਾਂ ਆਪਣੀ ਬਲੱਡ ਲਾਈਨ ਨੂੰ ਅੱਗੇ ਕੰਟੀਨਿਊ ਕੀਤਾ ਹੋਇਆ ਜੀ। ਲਓ ਵੀਰੋ, ਇਹ ਤਾਂ ਕੁੱਤਾ ਤੁਸੀਂ ਦੇਖ ਹੀ ਰਹੇ ਹੋਗੇ, ਅਤੇ ਹੁਣ ਆਪਾਂ ਤੁਹਾਨੂੰ ਦੂਸਰਾ ਡੋਗ ਹੈ ਜਿਹੜਾ ਉਹ ਵੀ ਦਿਖਾਵਾਂਗੇ, ਇਹਦੇ ਨਾਲੋਂ ਜਿਹੜਾ ਬਾਈ ਕਹਿੰਦਾ ਵੀ ਕਾਫੀ ਗਰੋਥ ਦੇ ਵਿੱਚ, ਉਹਦਾ ਨਾਮ ਜੱਗੂ ਆ ਬਾਈ? ਉਹਦਾ ਨਾਮ ਬਾਈ ਜੀ ਜੱਗੂ ਆ, ਇਹ ਗੱਬਰ ਹੈ? ਇਹ ਗੱਬਰ ਆ ਜੀ, ਅੱਖਾਂ ਪੀਲੀਆਂ ਨੇ, ਇਹਦਾ ਫਾਦਰ ਆ ਜੀ ਜੈਲੀ। ਅੱਛਾ, ਅਤੇ ਉਹ ਜੱਗੂ ਆ ਜਿਹੜਾ ਡਿਫਰੈਂਟ ਬਲੱਡ ਲਾਈਨ 'ਚੋਂ ਆ ਜੀ, ਅਤੇ ਉਹਦੇ ਲਈ ਬੱਚਾ ਆਪਣਾ ਜਿਹੜੀ ਘਰੇ ਆਪਣਾ ਫੀਮੇਲ ਰੱਖੀ ਹੋਈ ਸੀ, ਕੱਲ੍ਹ ਫੀਮੇਲ ਦਿਖਾਈ ਸੀ ਤੁਹਾਨੂੰ, ਉਹ ਉਸ ਫੀਮੇਲ ਦਾ ਫਾਦਰ ਆ ਜੀ ਜਿਹੜਾ ਜੱਗੂ, ਅਤੇ ਉਹ ਬਹੁਤ ਮਤਲਬ ਪਾਵਰਫੁੱਲ ਡੋਗ ਆ, ਅਤੇ ਉਸ ਦਾ ਬ੍ਰਦਰ ਰਾਜਸਥਾਨ 'ਚ ਆ, ਮਤਲਬ ਬਹੁਤ ਚੰਗਾ ਡੋਗ ਆ ਰਾਜਸਥਾਨ 'ਚ, ਇਕੱਲਾ ਸਿਰਫ ਇੱਕੋ ਹੀ ਡੋਗ ਆ ਵੱਖਰਵਾਲ, ਉਹ ਆਪਣਾ ਹੀ ਦਿੱਤਾ ਹੋਇਆ ਵਾ ਜਿਹੜਾ ਕਿ ਜੱਗੂ ਦਾ ਬ੍ਰਦਰ ਆ, ਅਤੇ ਜਾਂ ਫਿਰ ਆਪਾਂ ਕੋਲ ਜੱਗੂ ਆ ਜੀ ਇਸ ਟਾਈਮ ਸਭ ਤੋਂ ਵੱਡਾ ਡੋਗ। ਅੱਛਾ, ਹਾਂਜੀ, ਵੱਖਰਵਾਲ ਲਾਈਨ ਦੇ ਵਿੱਚੋਂ, ਠੀਕ ਹੈ, ਉਹ ਵੀ ਦਿਖਾਈਏ ਬਾਈ ਹੁਣ ਆਪਾਂ? ਹਾਂਜੀ, ਆਪਾਂ ਇਸ ਤੋਂ ਬਾਅਦ ਤੁਹਾਨੂੰ ਉਹ ਦਿਖਾਉਂਦੇ ਜੱਗੂ ਵੀ ਦਿਖਾਉਂਦੇ। ਲਓ ਵੀਰੋ, ਤੁਸੀਂ ਵੀਡੀਓ 'ਚ ਬਣੇ ਰਹਿਣਾ ਬਸ। ਲਓ ਵੀਰੋ, ਆਪਾਂ ਦੂਸਰਾ ਡੋਗ ਆ ਜਿਹੜਾ ਹੁਣ ਦਿਖਾਉਣ ਜਾ ਰਹੇ ਹਾਂ ਤੁਹਾਨੂੰ, ਇਹਦੇ ਬਾਰੇ ਪੁੱਛਦੇ ਹਾਂ, ਅਤੇ ਬਾਈ ਤੋਂ ਕੀ ਕਹਿਣਾ ਬਾਈ ਪਰਮਿੰਦਰ, ਇਹਦੇ ਬਾਰੇ ਕਿੰਨੀ ਕੇਜ ਦਾ ਗਰੋਥ ਬੜੀ ਹੈ ਜਰਾ? ਬਾਈ ਜੀ, ਇਹ ਹੈਗਾ ਜੀ 3 ਸਾਲਾਂ ਦਾ ਡੋਗ ਆ, ਇਹ ਆਪਣੇ ਦੂਜਾ ਕੈਨਲ ਜਿਹੜਾ ਜੀ ਸੁਧਾਰ ਆ, ਗੁਰੂਸਰ ਸੁਧਾਰ, ਮਾਮਾ ਜੀ ਦੇ ਕੋਲ ਆ ਕੈਨਲ ਇਹ। ਇਹ ਸਪੈਸ਼ਲ ਇਹਨਾਂ ਦਾ ਗ੍ਰੇਹੌਂਡ ਦਾ ਕੈਨਲ ਆ, ਉਹਨਾਂ ਨੇ ਗਾਰਡ ਵਾਸਤੇ ਇੱਕ ਵੱਖਰਵਾਲ ਅਤੇ ਇੱਕ ਗੱਦੀ ਫੀਮੇਲ ਰੱਖੀ ਹੋਈ ਹੈ, ਵੱਖਰਵਾਲ ਮੇਲ ਡੋਗ ਆ, ਨਾਮ ਇਹਦਾ ਜੱਗੂ ਆ ਜੀ, 3 ਸਾਲ ਇਹਦੀ ਏਜ ਆ, ਅਤੇ ਬਾਕੀ ਤੁਸੀਂ ਗਰੋਥ ਦੇਖ ਹੀ ਸਕਦੇ ਹੋ, ਵੱਡੇ ਵੱਡੇ ਇੰਪੋਰਟ ਕੁੱਤਿਆਂ ਨੂੰ ਫੇਲ ਕਰਦਾ, ਅੱਖਾਂ ਦਾ ਡਾਰਕ ਦੇਖੋ ਰੰਗ ਇਹਦਾ, ਡਾਰਕ ਯੈਲੋ ਕਲਰ ਅੱਖਾਂ 'ਚ ਹੈ ਜੀ ਇਹਦਾ, ਜੈੱਡ ਬਲੈਕ ਡਾਰਕ ਕਲਰ ਇਹਦਾ ਡੋਗ ਦਾ, ਬਾਲ ਦੇਖੋ ਤੁਸੀਂ, ਸਟੈਂਡਿੰਗ ਦੇਖੋ ਡੋਗ ਦੀ, ਬਾਕੀ ਚੈਸਟ ਦੇਖੋ ਤੁਸੀਂ, ਸ਼ੇਰ ਜਿਹੜੀ ਰੱਖੀ ਹੋਈ ਇਹਦੀ, ਮੈਨੂੰ ਲੱਗਦਾ ਮੇਰਾ ਆਪਦੀ, ਜਦਕਿ ਇਹ ਬੱਚਾ ਮੇਰੇ ਕੋਲੋਂ ਆਇਆ, ਮੇਰੇ ਕੋਲ ਪਲਿਆ ਖੇਡਿਆ 1 ਮਹੀਨਾ, ਪਰ ਮੈਨੂੰ ਹਜੇ ਮੈਨੂੰ ਵੀ ਡਰ ਲੱਗਣ ਲੱਗ ਗਿਆ ਇਹਨੂੰ ਹੁਣ ਹੱਥ ਲਾਉਣ ਤੋਂ, ਕਿਉਂਕਿ ਇਹਦੀ ਲੁੱਕ ਹੀ ਇੱਦਾਂ ਦੀ ਆ, ਬਹੁਤ ਡੇਂਜਰਸ ਲੁੱਕ ਆ। ਸਾਡੇ ਵੱਖਰਵਾਲਾਂ ਦੇ ਵਿੱਚੋਂ ਸਭ ਤੋਂ ਵੱਡਾ ਇਸ ਟਾਈਮ ਡੋਗ ਇਹ ਆ। ਅੱਛਾ, 29 ਇੰਚ ਹਾਈਟ ਹੈ ਜੀ ਡੋਗ ਦੀ, ਅਤੇ ਵੱਖਰਵਾਲ ਦੀ ਮੈਕਸੀਮਮ 29 ਇੰਚ ਹੀ ਹਾਈਟ ਹੁੰਦੀ ਹੈ, ਦੋ ਉੱਤੇ ਵੱਖਰਵਾਲ ਦੀ ਹਾਈਟ ਨਹੀਂ ਹੁੰਦੀ, ਮੈਕਸੀਮਮ ਹਾਈਟ ਆ ਜੀ। ਚੈਸਟ ਦੇਖ ਸਕਦੇ ਹੋ, ਮੈਨੂੰ ਲੱਗਦਾ 1 ਫੁੱਟ ਦੀ ਚੈਸਟ ਹੋਣੀ ਹੈ, ਚੌੜੀ ਇਹਦੀ ਹੋਣੀ ਬਾਈ ਜੀ, ਬਿਲਕੁਲ। ਅਤੇ ਸਭ ਤੋਂ ਵੱਡਾ ਇਸ ਟਾਈਮ ਵੱਖਰਵਾਲ ਦੇ ਵਿੱਚ ਸਾਡੇ ਕੋਲ ਇਹ ਡੋਗ ਆ ਜੀ, ਇਹ ਲੁਧਿਆਣਾ ਦੇ ਵਿੱਚ ਸੁਧਾਰ ਪੈਂਦਾ, ਗੁਰੂਸਰ ਸੁਧਾਰ, ਉੱਥੇ ਡੋਗ ਆ ਇਹ। ਇਹ ਡੋਗ ਨੇ ਇੰਨੀ ਗਰੋਥ ਕਿਵੇਂ ਕਰੀ ਬਾਈ? ਬਾਈ, ਸਭ ਤੋਂ ਵੱਡੀ ਗੱਲ ਤਾਂ ਦੇਖੋ ਆਏ ਆ ਜੀ, ਪਹਿਲੀ ਗੱਲ ਤਾਂ ਬਲੱਡ ਲਾਈਨ ਪਿਓਰ, ਦੂਜੀ ਗੱਲ ਜੀ
ਠੀਕ ਹੈ ਤੇ ਇਹਨੂੰ ਡੌਗ ਸ਼ੋਅ ਦੇ ਵਿੱਚ ਜਦੋਂ ਅਸੀਂ ਲੈ ਕੇ ਗਏ ਸੀ ਜਿਹੜੇ ਬੰਦੇ ਬਹੁਤ ਪੁਰਾਣੇ ਪੁਰਾਣੇ ਬੰਦੇ ਨੇ ਉਹ ਵੀ ਇਹਨੂੰ ਦੇਖ ਕੇ ਅਟਰੈਕਟ ਹੋਏ ਜਿਨ੍ਹਾਂ ਨੇ ਤਿੱਬਤੀਆਂ ਰੱਖੇ ਨੇ ਗੱਦੀ ਰੱਖੇ ਨੇ ਉਹ ਵੀ ਕਹਿੰਦੇ ਵੀ ਹਾਂ ਇਹ ਨਵੀਂ ਚੀਜ਼ ਇੱਕ ਦੇਖਣ ਨੂੰ ਮਿਲੀ ਆ ਕਿਉਂਕਿ ਇਹਨਾਂ ਦੀ ਲੁੱਕ ਨੀਅਰ ਗੱਦੀ ਦੇ ਅਤੇ ਤਿੱਬਤੀਆਂ ਦੇ ਵਿੱਚ ਵਿਚਾਲੇ ਹੁੰਦੀ ਹੈ ਇਹਨਾਂ ਦੀ ਬਟ ਇਹ ਚੀਜ਼ ਉਹਨਾਂ ਤੋਂ ਸਾਰਿਆਂ ਤੋਂ ਡਿਫਰੈਂਟ ਆ ਉਹਨਾਂ ਦਾ ਸਭ ਤੋਂ ਅਗਰੈਸਿਵ ਅਤੇ ਜ਼ਿਆਦਾ ਹਾਰਡ ਕੋਰ ਬਰੀਡ ਹੈ ਜੀ ਇਹ ਕਿਆ ਬਾਤ ਹੈ ਇਹ ਆਪਣੀ ਹੋਮ ਬਰੀਡ ਹੈ ਵੀਰੇ ਨਾ ਇਹ ਆਪਣੀ ਹੋਮ ਬਰੀਡ ਦਾ ਬੱਚਾ ਜੀ ਇਹ ਵੀ ਅੱਛਾ ਹਾਂਜੀ ਹਾਂਜੀ ਇਹ ਆਪਣੀ ਹੋਮ ਬਰੀਡ ਦਾ ਬੱਚਾ ਹੈ ਤੇ ਇਹਦਾ ਅੱਗੇ ਹੁਣ ਇਹਦੇ ਵੀ ਆਪਣੇ ਕੋਲ ਪੱਪ ਪਏ ਨੇ ਜੀ ਤੇ ਆਪਣੇ ਇਸ ਤੋਂ ਇਲਾਵਾ ਇਹਦੇ ਆਪਾਂ ਮੀਟਿੰਗ ਵੀ ਲੈਣੇ ਪਰ ਇਹਨੂੰ ਆਪਾਂ ਬੜਾ ਸਪੈਸ਼ਲ ਟਾਈਪ ਦਾ ਰੱਖਿਆ ਹੋਇਆ ਵਾ ਇਹਦਾ ਪਾਪਾ ਆਪਾਂ ਰੈਗੂਲਰ ਨਹੀਂ ਰੱਖਦੇ ਹੈਗੇ ਗਿਣਤੀ ਦੇ ਇੱਕ ਸੀਜ਼ਨ ਦੇ ਵਿੱਚ ਜਸਟ 5 ਜਾਂ 10 ਪੱਪੀ ਹੁੰਦੇ ਨੇ ਉਹ ਵੀ ਤਾਂ ਕਿ ਸਪੈਸ਼ਲ ਮਤਲਬ ਇੱਕ ਚੰਗੀ ਚੀਜ਼ ਨੂੰ ਅਸੀਂ ਉਸ ਹਿਸਾਬ ਨਾਲ ਯੂਜ਼ ਕਰਾਂਗੇ ਜਿੱਦਾਂ ਦੀ ਉਹਦੀ ਕੁਆਲਿਟੀ ਹੈ ਗੱਲ ਆਇਆ ਵੀ ਜੇ ਹੁਣ ਇਹਨੂੰ ਅਸੀਂ ਲੋਕਲ ਕਰਤਾ ਫਿਰ ਵੈਲਿਊ ਨਹੀਂ ਰਹਿਣੀ ਹੈਗੀ ਕਿਉਂਕਿ ਜਿੰਨੀ ਸੋਹਣੀ ਚੀਜ਼ ਹੈ ਇਹ ਤਾਂ ਇਹਨੂੰ ਉਸ ਹਿਸਾਬ ਨਾਲ ਹੀ ਅਸੀਂ ਇਹਨੂੰ ਅੱਗੇ ਸੋਸ਼ਲਾਈਜ਼ ਕਰਾਂਗੇ ਜੀ ਉਹਦੇ ਹਿਸਾਬ ਨਾਲ ਹੀ ਆਪਣੇ ਕੋਲ ਉਹ ਪੱਪ ਇਹਦਾ ਹੁਣ ਆਇਆ ਆ ਉਹਦੀ ਗਰੋਥ ਵੀ ਆਪਾਂ ਪਤਾ ਲੱਗ ਗਈ ਸਾਡੀ ਵੀ 1 ਮਹੀਨੇ ਦਾ ਕੱਟਾ ਉਹਨੂੰ ਲਿਆਵਾਂ ਫੜ ਕੇ ਆਣਾ ਨਾਲ ਹੀ ਉਹਨੂੰ ਕਰ ਦਿੰਦੇ ਆ ਲੈ ਲਿਆ ਫੜਾਈ ਛੋਟੇ ਪਰਮਿੰਦਰ ਬਾਈ ਜੀ ਇਸੇ ਦਾ ਬੱਚਾ ਇਹ ਆ ਦੇਖੋ ਬਾਈ ਜੀ 1 ਮਹੀਨੇ ਦਾ ਬੱਚਾ ਜੀ ਇਹ ਜੱਗੂ ਦਾ ਬੱਚਾ ਇਹ ਤੇ ਤੁਸੀਂ ਦੇਖ ਸਕਦੇ ਹੋ ਗਰੋਥ 1 ਮਹੀਨੇ ਦਾ ਬੱਚਾ ਜੀ 6 ਕਿਲੋ ਵਜਨਾ ਜੀ ਬੱਚੇ ਦਾ ਤੇ ਬਾਕੀ ਸਟਰਕਚਰ ਦਾ ਤੁਸੀਂ ਦੇਖ ਹੀ ਸਕਦੇ ਮੈਨੂੰ ਨਹੀਂ ਲੱਗਦਾ ਵੀ ਇਦੋਂ ਵੱਡਾ ਕਿਸੇ ਹੋਰ ਬਰੀਡ ਦਾ ਬੱਚਾ ਜਾਂ ਕਿਸੇ ਇੰਪੋਰਟ ਡੌਗ ਦਾ ਬੱਚਾ ਆਉਂਦਾ ਹੋਵੇ ਤੇ 1 ਮਹੀਨੇ ਦੇ ਬੱਚੇ ਦੀ ਗਰੋਥ ਦੇਖ ਲਓ ਤੁਸੀਂ ਤੇ ਹੁਣੇ ਤੁਸੀਂ ਇੱਕ ਛੋਟੀ ਜਿਹੀ ਮੈਂ ਤੁਹਾਨੂੰ ਕਲਿੱਪ ਵੀ ਦਿਖਾਵਾਂਗੇ ਇਹਦਾ ਤੇ 1 ਮਹੀਨੇ ਦਾ ਬੱਚਾ ਹੀ ਇਹ ਵੱਡੇ ਵੱਡੇ ਕੁੱਤਿਆਂ ਦਾ ਆਪਦੇ ਜਦਕਿ ਅੱਗੇ ਫਾਦਰ ਅੱਗੇ ਵੀ ਆਉਣ ਲੱਗਦਾ ਇਹ ਇਹ 'ਚ ਜੇ ਸਰੀਰ ਦੇ ਨਾਲ ਨਾਲ ਤੜ ਵੀ ਹੈਗੀ ਆ ਇਹ ਨਹੀਂ ਇਕੱਲਾ ਸਰੀਰ ਆ ਜਿਵੇਂ ਹੁਣ ਆਪਾਂ ਦੇਖ ਲੈਂਦੇ ਹਾਂ ਜਿਹੜੀਆਂ ਇੰਪੋਰਟ ਬਰੀਡਾਂ ਨੇ ਜੇ ਉਹ ਜ਼ਿਆਦਾ ਪੋਲੀਆਂ ਨੇ ਜ਼ਿਆਦਾ ਵੱਡੀਆਂ ਨੇ ਤਾਂ ਉਹਨਾਂ ਦੇ ਅੰਦਰ ਤੜ ਨਹੀਂ ਹੁੰਦੀ ਹੈਗੀ ਪਰ ਇਹ ਉਮਰ ਛੋਟੀ ਹੋਣ ਦੇ ਨਾਲ ਨਾਲ ਸਰੀਰ ਦੇ ਪਲੱਸ ਨਾਲ ਤੜ ਵੀ ਹੈ ਇਹਦੇ ਵਿੱਚ ਸਹੀ ਗੱਲ ਆ ਬਾਈ ਜੀ ਇਹ ਮੇਲ ਡੌਗ ਆ ਜੀ ਇਹ ਇਸ ਦੇ ਨਾਲ ਦੇ ਜੇ ਹੋਰ ਬੱਚੇ ਲੈਣੇ ਹੋਣਗੇ ਤਾਂ ਤੁਹਾਨੂੰ ਉਹ ਵੀ ਮਿਲ ਜਾਣਗੇ ਬਟ ਇਹ ਤੁਹਾਨੂੰ ਪਹਿਲਾਂ ਵੀ ਮੈਂ ਦੱਸ ਕੇ ਹਟਿਆ ਵਾਂ ਇਹ ਮਤਲਬ ਇੱਕ ਸਾਡਾ ਸਪੈਸ਼ਲ ਡੌਗ ਹੋਣ ਕਰਕੇ ਇਹਦੇ ਬੱਚੇ ਅਸੀਂ ਬਹੁਤ ਘੱਟ ਲਿਮਿਟਡ ਸਟਾਕ ਹੀ ਰੱਖਦੇ ਹਾਂ ਯਾਨੀ ਕਿ ਇੱਕ ਸੀਜ਼ਨ ਦੇ ਵਿੱਚ ਇੱਦਾਂ ਨਹੀਂ ਮਤਲਬ ਹਰੇਕ ਜਗ੍ਹਾ ਤੇ ਆਪਾਂ ਚੱਕ ਚੱਕ ਕੇ ਬਿਲਕੁਲ ਇਹ ਸਿਰਫ ਅਸੀਂ ਜਿਵੇਂ ਕਿ ਕੋਈ ਬਹੁਤ ਚੰਗਾ ਬੰਦਾ ਜਿਹੜਾ ਲੱਗੇ ਸਾਡੀ ਅੱਖਾਂ ਨੂੰ ਵੀ ਹਾਂ ਜੀ ਇਹ ਬੰਦਾ ਸ਼ੌਕੀਨ ਆ ਚੰਗੀ ਤਰੀਕੇ ਨਾਲ ਤਿਆਰ ਕਰ ਸਕਦਾ ਸਿਰਫ ਜਸਟ ਉਹਨੂੰ ਹੀ ਦਵਾਂਗੇ ਇਹ ਤੇ ਬਾਕੀ ਸ਼ੌਕੀ ਬੰਦੇ ਨੂੰ ਯਾਨੀ ਕਿ ਚੰਗਾ ਮਤਲਬ ਸਾਡਾ ਮਨ ਖੁਸ਼ ਹੋਵੇ ਬੱਚਾ ਅੱਗੇ ਜਾ ਕੇ ਵੀ ਹਾਂਜੀ ਬੱਚਾ ਉੱਥੇ ਤਿਆਰ ਹੋਇਆ ਵਾ ਚੰਗਾ ਤਾਂ ਇਸ ਕਰਕੇ ਇਸ ਨੂੰ ਅਸੀਂ ਸਪੈਸ਼ਲ ਟਾਈਪ ਦਾ ਹੀ ਰੱਖਿਆ ਗਿਆ ਡੌਗ ਨੂੰ ਇਸ ਨੂੰ ਠੀਕ ਹੈ ਪਰਮਿੰਦਰ ਬਾਈ ਜੀ ਹੋਰ ਕੀ ਕਹਿਣਾ ਚਾਹੁੰਦੇ ਫਿਰ ਤੁਸੀਂ ਅਖੀਰ ਦੇ ਵਿੱਚ ਬੱਖਰਵਾਲ ਬਰੀਡ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਵੀਰਾਂ ਨੂੰ ਬਾਈ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਇੱਕ ਵਾਰੀ ਇਹਨਾਂ ਕਿੰਨੀ ਵੀ ਹੋ ਕੇ ਦੇਖੋ ਇਹ ਬਹੁਤ ਰੇਅਰ ਅਤੇ ਬੜੀ ਸਪੈਸ਼ਲ ਬਰੀਡ ਹੈ ਜੀ ਇਹ ਤੁਸੀਂ ਹੁਣ ਦੇਖਿਆ ਹੀ ਆ ਰਿਕਾਰਡ ਕਰਿਆ ਹੀ ਆ ਅਤੇ ਇਹਨਾਂ ਸਰੀਰ ਦੇਖਿਆ ਹੀ ਆ ਅਤੇ ਇਹਨਾਂ ਵਰਗੇ ਮੈਨੂੰ ਲੱਗਦਾ ਨਹੀਂ ਗੀਆਂ ਹੋਰ ਬਰੀਡਾਂ ਵੀ ਹੈਗੀਆਂ ਜਦਕਿ ਇਹ ਇੰਡੀਅਨ ਬਰੀਡ ਆ ਅਤੇ ਤੁਸੀਂ ਦੇਖਿਆ ਗਾਰਡ ਡੌਗ ਵੀ ਆ ਪਲੱਸ ਇਹਨਾਂ ਦੀ ਲੁੱਕ ਵੀ ਬਹੁਤ ਸੋਹਣੀ ਆ ਡਿਫਰੈਂਟ ਲੁੱਕ ਆ ਡਾਰਕ ਅੱਖਾਂ ਨੇ ਅਤੇ ਇਹ ਤੋਂ ਇਲਾਵਾ ਇਹਨਾਂ ਦਾ ਮਤਲਬ ਰਹਿਣਾ ਵੀ ਰੋਇਲ ਟਾਈਪ ਦਾ ਵਾ ਤਾਂ ਬਹੁਤ ਚੰਗੀ ਬਰੀਡ ਆ ਇੱਕ ਵਾਰੀ ਤੁਸੀਂ ਇਹਨਾਂ ਵੱਲ ਵੀ ਹੋ ਕੇ ਦੇਖੋ ਇਹਨਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰੋ ਅਤੇ ਆਲ ਇੰਡੀਆ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਜੀ ਇਹ ਜਸਟ ਆਪਣੇ ਕੋਲ ਹੀ 2 ਕੈਨਲ ਨੇ ਇਹ ਜਿਹੜੇ ਇੱਕ ਆਪਣਾ ਕੈਨਲ ਇਹ ਲੁਧਿਆਣਾ ਦੇ ਵਿੱਚ ਆ ਜਿਹੜਾ ਗੁਰੂਸਰ ਸੁਧਾਰ 'ਚ ਹੈ ਜੀ ਅਤੇ ਦੂਜਾ ਆਪਣਾ ਮੈਂ ਆਪਾਂ ਕੱਲ੍ਹ ਦੱਸ ਕੇ ਹਟਿਆ ਜਿਹੜਾ ਆਪਣਾ ਸਮਾਣਾ ਦੇ ਵਿੱਚ ਆ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਪਰਮਿੰਦਰ ਬਾਈ ਜੀ ਵਧੀਆ ਜਾਣਕਾਰੀ ਹੈ ਜਿਹੜੀ ਤੁਸੀਂ ਵੱਖਰਵਾਲ ਵਾਸਤੇ ਸਾਡੇ ਨਾਲ ਸਾਂਝੀ ਕੀਤੀ ਹੈ ਅਤੇ ਇਸ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਨਾਲ ਨਾਲ ਆਪਣਾ ਇੰਸਟਾਗ੍ਰਾਮ 'ਤੇ ਯੂਟਿਊਬ ਫੇਸਬੁੱਕ ਪਲੱਸ ਗੂਗਲ 'ਤੇ ਵੀ ਤੁਸੀਂ ਸਰਚ ਕਰੋਗੇ ਬੱਖਰਵਾਲ ਡੌਗ ਕੈਨਲ ਤਾਂ ਆਪਣਾ ਸਾਰਾ ਬਾਇਓਡਾਟਾ ਮਿਲ ਜਾਣਾ ਤੁਹਾਨੂੰ ਜੀ ਅਤੇ ਅਸੀਂ ਉਹਦੇ ਨਾਲ ਆਪਾਂ ਜਿੰਨੀਆਂ ਵੀ ਹੋ ਸਕਦੀਆਂ ਵੱਧ ਤੋਂ ਵੱਧ ਫੋਟੋਆਂ ਵੀ ਅਪਲੋਡ ਕਰਦੇ ਹਾਂ ਬੱਚਿਆਂ ਦੀ ਵੀ ਅਪਡੇਟ ਉਹਦੇ 'ਤੇ ਹੁੰਦੀ ਆ ਤਾਂ ਤੁਸੀਂ ਉਹ ਤੋਂ ਕੰਟੈਕਟ ਨੰਬਰ ਵੀ ਸਾਡਾ ਚੱਕ ਸਕਦੇ ਹੋ ਆਪਣਾ ਹਰ ਥਾਂ 'ਤੇ ਬੱਖਰਵਾਲ ਡੌਗ ਕੈਨਲ ਤੁਸੀਂ ਸਰਚ ਕਰੋਗੇ ਗੂਗਲ 'ਤੇ ਵੀ ਕਰੋਗੇ ਤਾਂ ਤੁਹਾਨੂੰ ਆਪਣੇ ਬਾਰੇ ਬਾਇਓਡਾਟਾ ਕਾਫੀ ਮਿਲ ਜਾਣਾ ਉਹਦੇ 'ਚ ਠੀਕ ਹੈ ਜੀ ਠੀਕ ਹੈ ਸੋ ਵੀਰੋ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਬਾਈ ਨੇ ਬਹੁਤ ਹੀ ਸੋਹਣੇ ਸੋਹਣੇ ਡੌਗ ਹੈ ਜਿਹੜੇ ਆਪਣੇ ਪਾਸ ਰੱਖੇ ਹੋਏ ਨੇ ਅਤੇ ਬਾਈ ਮਿਹਨਤ ਵੀ ਬਹੁਤ ਕਰ ਰਹੇ ਨੇ ਇਹਨਾਂ ਦੀ ਮਿਹਨਤ ਨੂੰ ਆਪਾਂ ਸਲੂਟ ਹੈ ਜਿਹੜਾ ਉਹ ਕਰ ਦਿਆਂਗੇ ਸੋ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਛੋਟੇ ਇਹਨੂੰ ਨਾ ਪਿੰਜਰੇ ਦੇ